ਕੀ ਫਤੇ ਮਿਗਨ ਬਿਨਾਸਨ ਸੋਈ ਦੋਹਰਾ ਖਟ ਕੜ ਗ੍ਰਾਮ ਸਮੀਪ ਹੀ ਉਤਰੇ ਸ੍ਰੀ ਗੁਰਦੇਵ ਤਾਹਕੇ ਰਾਹਕ ਆਣ ਕਾਰ ਨਹੀਂ ਕਰੀ ਕੋਸ਼ਿਸ਼ ਵ ਖਟਕੜ ਗ੍ਰਾਮ ਸਮੀਪ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੁਗੋ ਯੁਗ ਟਲ ਦਸਾਂ ਪਾਤਸ਼ਾਹਾਂ ਦੇ ਆਤਮ ਸਰੂਪ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਵਿਖੇ ਸੁਭਾਏ ਮਾਨ ਪਰਮ ਸਨਮਾਨ ਜੋਗ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਨੇ ਅਪਾਰ ਅਪਾਰ ਕਿਰਪਾ ਮਿਹਰਮਤ ਬਖਸ਼ਿਸ਼ ਕੀਤੀ ਹੈ ਅਤਿਅੰਤ ਵੱਡੇ ਭਾਗ ਸਾਡੇ ਗਰੀਬ ਨਿਮਾਣੇ ਕਲਯੁਗੀ ਜੀਵਾਂ ਦੇ ਜਾਗੇ ਹਨ ਜੋ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਸ਼ਹੀਦ ਗੰਗ ਸਾਹਿਬ ਜੀ ਵਿਖੇ ਗੁਰਦਵਾਰਾ ਸ੍ਰੀ ਰਾਮ ਸਰ ਸਾਹਿਬ ਜੀ ਜੇਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਪੂਰਨਤਾ ਹੋਈ ਹੈ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਕੇ ਦਰਸ਼ਨ ਕਰਨ ਔਰ ਇੱਕ ਹਾਲਸੇ ਦੀ ਰਾਜਧਾਨੀ ਪਾਵਨ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਬڑے ਵੱਡੇ ਭਾਗ ਸਾਡੇ ਜਾਗੇ ਨੇ ਜੋ ਸਾਨੂੰ ਇਹ ਦਾਤ ਦਰਸ਼ਨਾਂ ਦੀ ਸੰਗਤ ਦੀ ਪ੍ਰਾਪਤ ਹੋਈ ਹੈ ਜਿਹਨੇ ਆਪ ਦੂਰੋਂ ਨੇੜਿਓਂ ਯਾਤਰਾ ਕਰਨ ਪਹੁੰਚਿਓ ਆਪ ਸਾਰੇ ਵਡਭਾਗੇ ਹੋ ਤੇ ਜਿਹੜੇ ਨੇਮੀ ਪ੍ਰੇਮੀ ਗੁਰਮਖ ਰੋਜ਼ਾਨਾ ਗੁਰੂ ਕੀ ਸੰਗਤ ਕਰਦੇ ਨੇ ਕਥਾ ਸੁਣਦੇ ਨੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪ੍ਰਸੰਗ ਐਸ ਵੇਲੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੀ ਦੀ ਲੜੀਵਾਰ ਕਥਾ ਦੇ ਵਿੱਚ ਉਹ ਜਾਰੀ ਹੈ ਸਾਧ ਸੰਗਤ ਜੀ ਰਾਸ 12ਵੀਂ ਦੇ ਵਿੱਚ 34 ਨੰਬਰ ਅੰਸ਼ੂ ਦੇ ਵਿੱਚ ਇਹ ਕਥਾ ਆਪਾਂ ਸੁਣੀ ਇਹ ਸਤਿਗੁਰੂ ਮਹਾਰਾਜ ਜੀ ਗਿਲੌਰੇ ਦੇ ਕੋਲੋਂ ਚੀਕੇ ਤੋਂ ਅੱਗੇ ਖੜਕੜ ਪਹੁੰਚੇ ਹਨ ਇਹ ਤੇ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਔਰ ਇਹ ਵੀ ਨਾਲ ਉਪਦੇਸ਼ ਦਿੱਤਾ ਕਿ ਰਾਜੇ ਦਾ ਕੰਮ ਹੈ ਨਿਆਂ ਕਰਨਾ ਜ਼ੁਲਮ ਕਰਨਾ ਤੇ ਪਾਪ ਕਰਨਾ ਨਹੀਂ ਜਿਹੜਾ ਜ਼ੁਲਮ ਤੇ ਪਾਪ ਕਰਦਾ ਹੈ ਨਾ ਉਹਦਾ ਰਾਜ ਬਹੁਤਾ ਚਿਰ ਨਹੀਂ ਰਹਿੰਦਾ ਉਹਦੀਆਂ ਜੜਾਂ ਪੁੱਟੀਆਂ ਜਾਂਦੀਆਂ ਨੇ ਇਹ ਵੀ ਉਪਦੇਸ਼ ਦਿੱਤਾ ਲੋਕਾਂ ਨੂੰ ਹਲੂਣਿਆਂ ਜਗਾਇਆ ਇਸ ਤੋਂ ਅੱਗੇ ਮਹਾਰਾਜ ਜੀ ਕਿਵੇਂ ਚੱਲਦੇ ਨੇ ਰਾਜ ਵਿੱਚ ਕੀ ਕੀ ਕੌਤਕ ਹੁੰਦੇ ਨੇ ਆਓ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਧਰਿਏ ਧਿਆਨ ਲਵਾਈਏ ਹਾਜ਼ਰੀਆਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਸਤਿਗੁਰੂ ਜੀ ਦੀਆਂ ਸਾਖੀਆਂ ਨੂੰ ਆਪਣੇ ਹਿਰਦਿਆਂ ਦੇ ਵਿੱਚ ਵਸਾਈਏ ਕਰੋ ਰਸਨਾ ਨੂੰ ਪਵਿੱਤਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਖਟਕੜ ਗ੍ਰਾਮ ਸਮੀਪ ਹੀ ਉਤਰੇ ਸ਼੍ਰੀ ਗੁਰਦੇਵ ਖਟਕੜ ਦੇ ਨੇੜੇ ਹੀ ਥੋੜਾ ਅੱਗੇ ਜਾ ਕੇ ਮਹਾਰਾਜ ਜੀ ਨੇ ਡੇਰਾ ਕੀਤਾ ਹੈ ਪੜਾਉ ਕੀਤਾ ਹੈ ਤਹਾਂਕੇ ਰਾਹਕ ਆਣ ਕਰ ਨਾਹੀ ਕਰੀ ਕੋਸ਼ਿਸ਼ ਸੇਵ ਇਹ ਤੋਂ ਦੇ ਜਿਹੜੇ ਕਿਸਾਨ ਸੰਨ ਉਨਾਂ ਨੇ ਸੇਵਾ ਤਾਂ ਨਾਂ ਕੀਤੀ ਆ ਕੇ ਸਤਿਗੁਰਾਂ ਦੇ ਕੋਲ ਚਾਉ ਪਾਈ ਧਨ ਕੋ ਦੇ ਕਰ ਮੋਲ ਮੰਗਾਇਓ ਸਤਿਗੁਰਾਂ ਨੇ ਧਨ ਦੇ ਕੇ ਇਹ ਤੋਂ ਘੋੜਿਆਂ ਵਾਸਤੇ ਦਾਣਾ ਪੱਠਾ ਇਤਿਆਦਿਕ ਮੁੱਲ ਮੰਗਵਾ ਲਿਆ ਖਾਣ ਪਾਣ ਸਭ ਵਿਦ ਕਰਵਾਇਓ ਇਹ ਗੁਰੂ ਕੇ ਲੰਗਰ ਤਿਆਰ ਕੀਤੇ ਨੇ ਲੋਕਾਂ ਨੇ ਤਾਂ ਸੇਵਾ ਨਾ ਕੀਤੀ ਇਹਦਰੋ ਸਤਿਗੁਰਾਂ ਨੇ ਪਰ ਆਪ ਹੀ ਲੰਗਰ ਤਿਆਰ ਕਰਕੇ ਖੁੱਲਾ ਵਰਤਾਉਣ ਦਾ ਹੁਕਮ ਦੇ ਦਿੱਤਾ ਸੇਵ ਤੁਰੰਗਣ ਕੀ ਸਭ ਕੀ ਨਾ ਸਤਗੁਰੂ ਮਹਾਰਾਜ ਜੀ ਨੇ ਇਤੇ ਆ ਕੇ ਲਹਿਰਾਂ ਬਹਿਰਾਂ ਲਾ ਦਿੱਤੀਆਂ ਆਸ-ਪਾਸ ਦੇ ਲੋਕ ਵੀ ਜਿਹੜੇ ਸਨ ਉਹ ਵੀ ਆ ਕੇ ਲੱਗੇ ਹਨ ਲੰਗਰ ਛਕਣ ਤ੍ਰੈਣ ਅਣਵਾਏ ਮੋਲ ਕੋ ਦੀਨਾ ਇਹ ਜੋ ਕੁਝ ਵੀ ਸਤਿਗੁਰਾਂ ਨੇ ਮੰਗਵਾਇਆ ਸੀ ਰਸਤ ਪਾਣੀ ਸਾਰੇ ਦੀ ਕੀਮਤ ਦਿੱਤੀ ਜਿਮੀਦਾਰ ਤਹ ਕੇ ਤਬ ਆਏ ਇਤੋਂ ਦੇ ਜਿਹੜੇ ਜ਼ਿਮੀਂਦਾਰ ਸਾਨਾ ਕਿਸਾਨ ਸੰਗੇ ਉਹ ਜਦੋਂ ਆਏ ਨੇ ਉਹਨਾਂ ਨਾਲੇ ਤਾਂ ਕੋਈ ਬਾਬਾ ਆਇਆ ਉਹ ਲੰਗਰ ਛਕਾਈ ਜਾਂਦਾ ਆਪ ਤਾਂ ਬੜੇ ਖੁਸ਼ ਹੋਏ ਕਿ ਕੋਈ ਸਾਧੂ ਮਹਾਤਮਾ ਆਵੇ ਉਹਦੀ ਸੇਵਾ ਸਾਨੂੰ ਕਰਨੀ ਪੈਂਦੀ ਹੈ ਇਹ ਕੋਈ ਮਹਾਤਮਾ ਆਇਆ ਜਿਹੜਾ ਨਾਲੇ ਤਾਂ ਸਾਡੇ ਪਿੰਡ ਦੇ ਲਾਗੇ ਆ ਗਿਆ ਹੈ ਤੇ ਨਾਲੇ ਇਹ ਸਾਨੂੰ ਹੀ ਰੋਟੀ ਖਵਾ ਰਿਹਾ ਸਾਨੂੰ ਹੀ ਭੋਜਨ ਛਕਾ ਰਿਹਾ ਇਹ ਬਾਬਾ ਵਧੀਆ ਹੈ ਪੋਸ਼ਟ ਤੁਰੰਗਮ ਦੇਖ ਲੁਭਾਏ ਆ ਸਾਧ ਸੰਗਤ ਜੀ ਬੜੇ ਤੰਦਰੁਸਤ ਬੜੇ ਰਾਜੀ ਜੈ ਜਿਹੜੇ ਸਾਨਾ ਘੋੜੇ ਉਹਨਾਂ ਵੱਲ ਵੇਖ ਕੇ ਖੁਸ਼ ਹੋ ਗਏ ਕਿੰਦੇ ਬਾਬਿਆਂ ਦੇ ਕੋਲ ਘੋੜੇ ਵੀ ਚੰਗੇ ਵਧੀਆ ਹਨ ਮਿਲ ਆਪਸ ਮਹ ਮਸਲ ਤਠਾਨੇ ਆਪੋ ਵਿੱਚ ਦੀ ਗੱਲਾਂ ਕਰਦੇ ਇਸ਼ਾਰੇ ਕਰਦੇ ਨੇ ਤੇ ਸਲਾਹ ਕਰ ਲਈ ਐ ਆਦੇ ਕਮੋਲ ਕੀ ਤ੍ਰਾਂਗ ਮਹਾਨੇ ਗੱਲਾਂ ਕਰਦੇ ਨੇ ਘੋੜੇ ਬੜੇ ਮਹਿੰਗੇ ਲੱਗਦੇ ਨੇ ਨਾ ਬਾਬਿਆਂ ਦੇ ਕੋਲ ਲੇਹੋ ਨਿਸ਼ਾਮਹ ਇਨਹੋ ਚੋੜਾਈ ਲੋ ਜੀ ਸੇਵਾ ਦਾ ਕੀ ਕਰਨੀ ਸੀ ਨਾਲੇ ਤਾਂ ਲੰਗਰ ਪਾਣੀ ਛਕਿਆ ਨਾਲੇ ਸਲਾਹ ਬਣਾ ਲਈ ਕਹਿੰਦੇ ਰਾਤ ਨੂੰ ਬਾਬਿਆਂ ਦੇ ਘੋੜੇ ਖੋਲ ਲਈਏ ਇਹ ਪਰਦੇਸੀ ਲਖ ਹੈ ਨਾ ਕਾਏ ਇਹ ਪਰਦੇਸੀ ਦੂਰੋਂ ਆਏ ਨੇ ਇਹਨਾਂ ਨੂੰ ਕੀ ਪਤਾ ਲੱਗਣ ਲੱਗਾ ਸਾਡਾ ਚਲੇ ਜਾਹੇਗੇ বাসਨਾ ਬਸਾਵੇ ਆਪੇ ਸਵੇਰੇ ਰੌਲਾ ਰੱਪਾ ਪਾ ਕੇ ਖੱਪ ਖਪਾ ਕੇ ਚਲੇ ਜਾਣਗੇ ਇਹਨਾਂ ਪਿੱਛੇ ਹਮ ਸਦਨ ਬੰਦਾਵੇ ਆ ਪਹਿਲਾਂ ਤਾਂ ਕਿਦੇ ਦੂਰ ਲੈ ਜਾਗੇ ਰਾਤ ਨੂੰ ਦੂਰ ਕਿਦੇ ਬੰਨ ਲਵਾਂਗੇ ਜਦੋਂ ਇਹ ਚਲੇ ਜਾਣਗੇ ਫਿਰ ਆਪਣੇ ਘਰੀ ਲੈ ਆਵਾਂਗੇ ਬੇਚਹੰਗੇ ਧਨ ਪਾਹੇ ਵਿਸਾਲਾ ਜਾਂ ਘਰੇ ਰੱਖਾਂਗੇ ਜਾਂ ਵੇਚ ਦੇਾਂਗੇ ਜੇ ਵੇਚਾਂਗੇ ਤੇ ਬੜੇ ਮਹਿੰਗੇ ਵਿਕਣੇ ਹਨ ਤੇ ਇਹਦੇ ਅੱਜਕੱਲ ਕੋਈ ਕਮੀ ਥੋੜਾ ਆ ਗਈ ਹੈ ਅੱਜ ਦੀ ਤਰੀਕ ਵਿੱਚ ਵੀ ਜੇ ਵੇਖੀਏ ਆ ਜਿਹੜੇ ਲੋਕਾਂ ਦੀ ਵਾਰਤਾ ਸੁਣਦੇ ਆ ਕਿਤੇ ਚਲੇ ਥੋੜਾ ਗਏ ਨੇ ਜਿਹੜੀ ਬਿਰਤੀ ਦੇ ਲੋਕ ਇਹ ਨੇ ਉਸੇ ਦੀ ਬਿਰਤੀ ਦੇ ਲੋਕ ਉਹ ਨੇ ਜਿਹੜੇ ਚੇਚਾ ਆਉਂਦੇ ਨੇ ਗੁਰੂ ਘਰ ਵੀ ਗੁਰੂ ਕੇ ਕਿਸੇ ਸ਼ਰਧਾਲੂ ਦਾ ਕੋਈ ਮੋਟਰਸਾਈਕਲ ਚੋਰੀ ਕਰਾਂਗੇ ਉਹ ਇਹੋ ਜਿਹੇ ਲੋਕ ਨੇ ਨਾ ਤਾਂ ਇਸ ਤਰ੍ਹਾਂ ਸਾਥ ਸੰਗਤ ਜੀ ਇਹਨਾਂ ਨੇ ਸਲਾਹ ਬਣਾ ਲਈ ਇਹ ਘੋੜੇ ਬਾਬਿਆਂ ਦੇ ਰਾਤ ਨੂੰ ਖੋਲ ਲਈਏ ਆਓ ਚੱਕ ਭਾਇਓ ਲਾਭ ਇਸ ਕਾਲਾ ਕਹਿੰਦੇ ਇਹਦੇ ਮੌਜਾਂ ਹੀ ਬਣ ਗਈਆਂ ਬੜੇ ਰੁਪਈਏ ਵਟਾਂਗੇ ਮਹਿੰਗੇ ਵੇਚਾਂਗੇ ਇਹਵੇਂ ਆਪਸ ਮਹਗੇਨ ਨਾਤ ਘੋੜੇ ਆਪੋ ਵਿੱਚ ਦੀ ਇਹ ਗੱਲ ਪੱਕੀ ਕਰਕੇ ਨਾ ਚੰਗੀ ਤਰ੍ਹਾਂ ਇਹ ਮਤਾ ਪਕਾ ਕੇ ਇਹਨਾਂ ਦੁਸ਼ਟਾਂ ਨੇ ਚਾਹ ਤੁਰੰਗਣ ਹੋਏ ਅਰੂੜੇ ਕਹਿੰਦੇ ਬਈ ਘੋੜਿਆਂ ਦੇ ਉੱਤੇ ਇਹਨਾਂ ਤੇ ਅੱਜ ਹੀ ਤਕਾਲਾਂ ਨੂੰ ਹੀ ਆਪਾਂ ਰਾਤ ਨੂੰ ਹੀ ਸਵਾਰ ਹੋਣਾ ਇਹਨਾਂ ਨੂੰ ਭਜਾ ਲੈ ਜਾਣਾ ਭਾਇਓ ਨਿਸਾ ਮਹ ਤੇ ਮਰ ਕ ਹਨੇਰਾ ਜਦੋਂ ਰਾਤ ਅੱਧਿਕ ਹੋ ਗਈ ਹੈ ਨਾ ਹਨੇਰਾ ਵਾ ਵਾ ਗਾੜਾ ਹੋ ਗਿਆ ਸਤ ਗੁਰ ਸੁਪਤ ਪਾਏ ਤਿਸ 베ਰਾ ਸਤ ਗੁਰੂ ਜੀ ਤਾਂ ਆਰਾਮ ਕਰ ਰਹੇ ਨੇ ਸੌਂ ਗਏ ਹਨ ਉਸ ਵੇਲੇ ਤਸਕਰ ਬਣ ਰਾਹਕ ਸੋ ਆਏ ਉਹ ਜਿਹੜੇ ਕਿਸਾਨ ਸੀ ਉਹ ਤੋਂ ਦੇ ਮੂੰਹ ਸਿਰ ਵਲੇਟ ਕੇ ਚੋਰ ਬਣ ਕੇ ਆ ਗਏ ਏਰ ਤੁਰੰਗਣ ਕੇਨ ਆਰਾਏ ਇਹ ਘੋੜਿਆਂ ਵੱਲ ਵੀ ਕੇ ਘੋੜਿਆਂ ਦੇ ਨੇੜੇ ਆਏ ਹਨ ਖਾਸਟ ਚੋਰ ਖਟ ਘੋਰ ਨਹੇਤ ਸਾਧ ਸੰਗਤ ਜੀ ਇਹ ਟੋਲਾ ਬਨ ਕੇ ਆਏ ਸਨ ਘੋੜੇ ਚੋਰੀ ਕਰਨ ਵਾਸਤੇ ਹੋਏ ਡੇਰੇ ਕੇ ਨੇਰ ਸੁਚੇਤ ਅਛੇ ਹੀ ਘੋੜੇ ਸਨ ਇੱਕ ਸਤਿਗੁਰੂ ਜੀ ਦਾ ਤੇ ਪੰਜ ਨਾਲ ਗੁਰੂ ਕੇ ਸੇਖ ਨੇ ਤੇ ਇਹ ਛੇ ਹੀ ਜਾਣੇ ਚੋਰੀ ਕਰਨ ਦੀ ਮਨਸਾ ਨਾਲ ਆ ਗਏ ਇੱਕ ਇੱਕ ਘੋੜਾ ਇੱਕ ਇੱਕ ਜਾਣੇ ਦਾ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਆਏ ਹਨ ਜਾਵਤ ਪਹਿਰੋ ਜਾਗਤ ਰਹਿਓ ਤਾਂ ਜਦੋਂ ਇਹਨਾਂ ਨੇ ਵੇਖਿਆ ਪੀ ਪਹਿਰੇਦਾਰ ਜਿਹੜਾ ਹੈ ਜਾਗਦਾ ਕਿ ਸੁਤਾ ਤਾਕਤ ਰਹੇ ਨਾ ਹੈ ਕੋ ਗਾਹਿਓ ਆਹ ਇਹ ਚੁੱਪ ਕਰਕੇ ਲੁਕੇ ਰਹੇ ਅਜੇ ਪਹਿਰੇਦਾਰ ਜਾਗਦਾ ਹੈ ਘਰੀ ਜਾਮਣੀ ਤੇ ਅਲਸਾਇਓ ਜਦੋਂ ਰਾਤ 12 1 ਵਜ ਗਿਆ ਤੇ ਪਹਿਰੇਦਾਰ ਨੂੰ ਉਹ ਹੁੰਦਾ ਕੀ ਹੈ ਕਿ ਜਿਹੜਾ ਪਹਿਰੇਦਾਰ ਹੁੰਦਾ ਨਾ ਕੋਈ ਵੀ ਹੁੰਦਾ ਹੈ ਕਿਤੇ ਵੀ ਹੋਵੇ ਪਹਿਲਾਂ ਉਹਨੂੰ ਇਹ ਹੁੰਦਾ ਵੀ ਮੈਂ ਬਹਿ ਜਾਵਾਂ ਉਹ ਇਹ ਨਹੀਂ ਚਾਹੁੰਦਾ ਹੁੰਦਾ ਵੀ ਮੈਂ ਸੌ ਜਾ ਪਹਿਲਾਂ ਇਹ ਮਨ 'ਚ ਆਉਂਦਾ ਵੀ ਮੈਂ ਬਹਿ ਜਾ ਖਲੋਤਾ ਖਲੋਤਾ ਥੱਕ ਗਿਆ ਵਾਂ ਬਹਿ ਜਾਵਾਂ ਘੜੀ ਪਹਿਲਾਂ ਬਹਿ ਜਾਂਦਾ ਹੈ ਫਿਰ ਉਹਨੂੰ ਹੁੰਦਾ ਕਿ ਯਾ ਢੋਜ ਹੀ ਲਾ ਲਵਾਂ ਉਹ ਢੋਜ ਹੀ ਲਾ ਲੀਂਦਾ ਫਿਰ ਉਹਨੂੰ ਪਤਾ ਹੀ ਨਹੀਂ ਲੱਗਦਾ ਅਗਲਾ ਕੰਮ ਆਪ ਹੀ ਹੋ ਜਾਂਦਾ ਨੀਂਦ ਆ ਜਾਂਦੀ ਕਸੂਰ ਨਹੀਂ ਹੁੰਦਾ ਬੰਦੇ ਦਾ ਪਰ ਜਦੋਂ ਮਨ ਚ ਆਉਂਦੀ ਨਾ ਮੈਂ ਬਹਿ ਜਾਵਾਂ ਘੜੀਕ ਉਹ ਜਦੋਂ ਬਹਿ ਜਾਂਦਾ ਨਾ ਬਸ ਫਿਰ ਉਦੋਂ ਉਹਦੀ ਵੱਸੋਂ ਬਾਹਰ ਹੋ ਜਾਂਦੀ ਖੇੜ ਇਹ ਢੋਲ ਆ ਲੀਂਦਾ ਢੋਲ ਲੱਗੀ ਤੇ ਨੀਂਦ ਆ ਗਈ ਲੋ ਸਾਵਧਾਨਤਾ ਗਈ ਤੋ ਪਹਿਰੇਦਾਰ ਬਹਿ ਗਿਆ ਉਹਨੇ ਹੌਲੀ ਜੀ ਢੋਲ ਆ ਲਈ ਢੋਲ ਲੱਗੀ ਤੇ ਨੀਂਦ ਆ ਗਈ ਨਿਕਟਬ ਲੋਕ ਹਾ ਤੇਨ ਲੱਖ ਪਾਇਓ ਤਾਂ ਇਹਨਾਂ ਨੇ ਧਿਆਨ ਰੱਖਿਆ ਸੀ ਉਹ ਪਹਿਲੇ ਵੇਂਦੇ ਜਨ ਵੀ ਜਦੋਂ ਇਹ ਬਹਿ ਗਿਆ ਨਾ ਬਸ ਫਿਰ ਉਦੋਂ ਆਪਾਂ ਤਿਆਰੀ ਕੱਸ ਲੈਣੀ ਹੈ ਪਹਿਰੇਦਾਰ ਜਦੋਂ ਸੌ ਗਿਆ ਤੇ ਸਾਧ ਸੰਗਤ ਜੀ ਕਈ ਤਾਂ ਫਿਰ ਜਦੋਂ ਸੌਂਦੇ ਤੇ ਘਰਾੜੇ ਵੀ ਵੱਜਦੇ ਨੇ ਆਪ ਨੂੰ ਬੰਦੇ ਨੂੰ ਪਤਾ ਨਹੀਂ ਹੁੰਦਾ ਸੌਣ ਵਾਲੇ ਨੂੰ ਉਹ ਫਿਰ ਪੱਕਾ ਕਨਫਰਮੇਸ਼ਨ ਹੋ ਜਾਂਦੀ ਆ ਵੀ ਹੁਣ ਤਾਂ ਜੱਜਨਾ ਸੌ ਗਿਆ ਤਾਂ ਜਿਸ ਵੇਲੇ ਪਹਿਰੇਦਾਰ ਸੌ ਗਿਆ ਇਨਾ ਚੋਰਾ ਨੇ ਜਾਣਿਆ ਕਿ ਹੁਣ ਰਸਤਾ ਸਾਫ ਹੈ ਹਸਤੋਂ ਖਟ ਕੋਰਨ ਕੀ ਹੋਰ ਇਸਈ ਇੱਕ ਇੱਕ ਘੋੜਾ ਮਿਥਕੇ ਤੇ ਘੋੜਿਆਂ ਵੱਲ ਵੱਧ ਪਏ ਬਾਹਾਂ ਚ ਸਮੀਪੀ ਤੋਰਨ ਚੋਰਾ ਇਸੇਤੀ ਨਾਲ ਵੀ ਇੱਕ ਇੱਕ ਘੋੜਾ ਖੋਲ ਲਵਾਂਗੇ ਤੇ ਉੱਤੇ ਸਵਾਰ ਹੋ ਕੇ ਚੱਲ ਪਾਵਾਂਗੇ ਜਦ ਬੰਧਨ ਕਹ ਮੋਚਨ ਲਾਗੇ ਜਦੋਂ ਲੱਗੇ ਨਾ ਇਹ ਕਿਲਿਆਂ ਤੋਂ ਖੋਲਣ ਘੋੜਿਆਂ ਦੇ ਰਸੇ ਅੰਧ ਭਏ ਤਤਕਾਲ ਕੁਭਾਗੇ ਇੱਕਦਮ ਉਸੇ ਵੇਲੇ ਅੰਧਕਾਰ ਛਾ ਗਿਆ ਅੱਖਾਂ ਅਗੇ ਕੁਝ ਵੀ ਨਜ਼ਰ ਨਾ ਆਵੇ ਹਟ ਆਗੇ ਤੇ ਗਏ ਪਿਸ਼ਾਰੀ ਬਹੁਤ ਘਬਰਾ ਗਿਆ ਡਰ ਗਏ ਤੇ ਉਤੇ ਹੀ ਘੋੜਿਆਂ ਦੇ ਰਸੇ ਛੱਡ ਕੇ ਪਿੱਛੇ ਹਟ ਗਏ ਜਬ ਹਦਾਮ ਦਿਸ਼ ਪੂਜਾ ਆਪਸਾਰੀ ਜਦੋਂ ਸਾਥ ਸੰਗਤ ਜੀ ਪਿਛਾਣ ਨੂੰ ਹਟੇ ਨੇ ਨਾ ਦੂਰ ਹੋਏ ਨੇ ਥੋੜਾ ਜਿਹਾ ਕਿਉਂਕਿ ਉਹ ਰस्सियां ਜਦੋਂ ਲਾਉਂਦੇ ਲਾਉਂਦੇ ਪਏ ਸਨ ਅਜੇ ਅੱਖਾਂ ਅਗੇ ਹਨੇਰਾ ਆ ਗਿਆ ਸੀ ਕਸ਼ੂ ਨਾਂ ਦੀ ਸਹ ਦ੍ਰਿਸ਼ਟੁ ਪ੍ਰਹਾਨੇ ਜਿੰਨਾ ਚਿਰ ਤਾ ਰੱਸਾ ਹੱਥ ਵਿੱਚ ਰੱਖਣ ਕੁਝ ਨਜ਼ਰ ਨਾ ਆਵੇ ਆਦਪਤ ਪੇਖ ਗਾਤ ਮਤ ਬਿਸਮਾਨੀ ਜਦੋਂ ਪਿੱਛੇ हट ਜਾਣ ਤੇ ਥੋੜਾ ਜਿਹਾ ਨਜ਼ਰ ਆਉਣ ਲੱਗ ਪਿਆ ਬੜੇ ਹੈਰਾਨ ਹੋਏ ਜਦ ਕੋਰਣ ਤੇ ਦੂਰ ਸਿਧਾਰਾਂ ਜਦੋ ਘੋੜਿਆਂ ਤੋਂ ਵਾਹ ਵਾਹੇ ਪਿੱਛੇ ਅੜ ਗਏ ਦੂਰ ਚਲੇ ਗਏ ਸਭ ਕੇ ਸਵਸਤੂ ਆਗਰ ਨਿਹਾਰਾਂ ਆ ਸਾਰੀਆਂ ਹੀ ਵਸਤੂਆਂ ਸਾਹਮਣੇ ਨਜ਼ਰ ਆਉਣ ਲੱਗ ਪਈਆਂ ਸਾਰਾ ਕੁਝ ਨਜ਼ਰੀ ਆਉਣ ਲੱਗ ਪਿਆ ਹਣ ਅਨ ਸਮੀਪੀ ਹੋ ਹੇਰਾ ਥੋੜਾ ਜਿਹਾ ਚਿਰ ਰੁਕ ਕੇ ਨਾ ਇਹਨਾਂ ਨੇ ਫੇਰ ਹਿੰਮਤ ਜੀ ਕੀਤੀ ਐ ਵੀ ਉਦੋਂ ਕਿਤੇ ਕੁਝ ਐਵੇਂ ਝੌਲਾ ਜਿਹਾ ਪਿਆ ਹੈ ਇੱਕ ਵਾਰਾ ਫੇਰ ਯਤਨ ਕਰਕੇ ਵੇਖੀਏ ਤੇ ਮਹੀਂ ਦ੍ਰਿਸ਼ਟੁ ਬਿਨਾਸਹ ਫੇਰ ਤਾਂ ਜਿਵੇਂ ਘੋੜਿਆਂ ਦੇ ਰਸੇ ਖੋਲਣ ਲੱਗੇ ਮੁੜ ਕੇ ਅੰਧਕਾਰ ਛਾ ਗਿਆ ਇਹ ਬੈਦ ਲਖ ਅਜਮਤ ਜੋਤ ਜਾਣੇ ਇਹ ਵੀ ਕਿਨ ਬੜੀ ਅਜਮਤ ਹੈ ਇਹ ਬੜੀ ਕਰਾਮਾਤ ਹੈ ਆ ਮਨ ਦੇ ਵਿੱਚ ਬੜਾ ਡਰ ਤੇ ਬੜਾ ਭੈ ਸ਼ ਆ ਗਿਆ ਦੇ ਨ ਹੋਏ ਸਭ ਬੰਦਨ ਠਾਨੇ ਤੇਰ ਦੀਨ ਹੋ ਗਏ ਨਿਮਾਣੇ ਹੋ ਗਏ ਹੱਥ ਜੋੜ ਲੈ ਹਨ ਸਾਧਨ ਆਪਣੇ ਚੱਲ ਕਰ ਆਏ ਤੇ ਚੁੱਪ ਕਰਕੇ ਉਤੋਂ ਹੀ ਮੱਤਾ ਟੇਕ ਕੇ ਆਪਣੇ ਆਪਣੇ ਘਰਾਂ ਨੂੰ ਮੁੜ ਗਏ ਸੁਜਾ ਸਭ ਖਾਨ ਹੈ ਮੇਲ ਸਮੁੰਦਾਈ ਹਉਣ ਲੋਕਾਂ ਨੂੰ ਜਾ ਕੇ ਕਹਿਣ ਉਹ ਜਿਹੜੇ ਬਾਬਾ ਜੀ ਆਏ ਹੋਏ ਨਾ ਬਾਹਰ ਬੜੀ ਸ਼ਕਤੀ ਵਾਲੇ ਜੇ ਬੜੀ ਕਰਾਮਾਤ ਵਾਲੇ ਜੇ ਤੇ ਜੇ ਕੋਈ ਪੁੱਛੇ ਵੀ ਤੈਨੂੰ ਕਿਵੇਂ ਪਤਾ ਹੁਣ ਦੱਸਣ ਜੋਗੇ ਵੀ ਨਹੀਂ ਐ ਵੀ ਦਸੀਏ ਕੀ ਕਰਤੂਤ ਕਰਕੇ ਆਏ ਆ ਅਸੀਂ ਕਹਿੰਦੇ ਬਸ ਤੁਸੀਂ ਸਾਡੀ ਹੁਣ ਗੱਲ ਹੀ ਮੰਨੋ ਵੀ ਬਾਬਾ ਜੀ ਬੜੀ ਕਰਨੀ ਵਾਲੇ ਜੇ ਮਹਾਪੁਰਖ ਜੇ ਤੈਨ ਮਹਸਿਆਣੋ ਕੀ ਨ ਬਖਾਨਾ ਸਾਥ ਸੰਗਤ ਜੀ ਇਸ ਤਰ੍ਹਾਂ ਫਿਰ ਆਪੋ ਵੇਜਦੀ ਇੱਕ ਦੂਜੇ ਦੇ ਤਾਈ ਤਾਂ ਜਾਣਦੇ ਨੇ ਵੀ ਸਾਡੇ ਨਾਲ ਕੀ ਹੋਈ ਵਰਤੀ ਸੀ ਲੋਕਾਂ ਨੂੰ ਡਰਦੇ ਦੱਸਦੇ ਨਹੀਂ ਵੀ ਬੇਇੱਜ਼ਤੀ ਬਹੁਤ ਹੋਵੇਗੀ ਪਰ ਇਹ ਰੌਲਾ ਪਾਉਂਦੇ ਨੇ ਕਿ ਬਾਬਾ ਜੀ ਬੜੀ ਕਰਨੀ ਵਾਲੇ ਮਹਾਂਪੁਰਖ ਹਨ ਇਹ ਗੌਰ ਸਮਰਥ ਮਹਿਦ ਮਹਾਨ ਇਹ ਸਤਿਗੁਰੂ ਜੀ ਬੜੇ ਸਮਰਥ ਨੇ ਬੜੇ ਮਹਾਨ ਹਨ ਹੋਤ ਪ੍ਰভাত ਪ੍ਰਸਾਨ ਕਰੀ ਜਾ ਇਸ ਤਰ੍ਹਾਂ ਸਾਧ ਸੰਗਤ ਜੀ ਕਹਿਣ ਲੱਗੇ ਕਿ ਜਦੋਂ ਅੰਮ੍ਰਿਤ ਵੇਲਾ ਹੁੰਦਾ ਨਾ ਦਿਨ ਚੜ੍ਹਿਆ ਜਦੋਂ ਕਿ ਆਓ ਆਪਾਂ ਰਲ ਮਿਲ ਕੇ ਜਾਈਏ ਇਸ ਗੁਰੂ ਜੀ ਨੂੰ ਪ੍ਰਸੰਨ ਕਰ ਲਈਏ ਮਨ ਭਾਵਤ ਸੁਖ ਕੋ ਬਾਰ ਲਈ ਜਾ ਇਹ ਆਪਣੇ ਮਨ ਪਾਉਂਦੇ ਕੋਈ ਸੁੱਖਾਂ ਸਹਿਤ ਇਹਨਾਂ ਦੇ ਕੋਲੋਂ ਬਖਸ਼ਿਸ਼ਾਂ ਕੋਈ ਵਰ ਪ੍ਰਾਪਤ ਕਰ ਲਈਏ ਮਿਲ ਸਬਨੇ ਮਸਲਤ ਇਹ ਧਾਰੀ ਮਿਲ ਕੇ ਆਪੋ ਵਿੱਚ ਦੀ ਸਾਰਿਆਂ ਨੇ ਇਹ ਮਸਲਤ ਤੇ ਸਲਾਹ ਕਰ ਲਈਂ ਰਾਮ ਕੂਪ ਖਾਰੀ ਸਭ ਬਾਰੇ ਆ ਕਹਿਣ ਲੱਗੇ ਕਿ ਆਪਣੇ ਇਤੋਂ ਦੇ ਖੂਹ ਨੇ ਜਿਹੜੇ ਖਾਰੇ ਨੇ ਬਹੁਤ ਬਹੁਤ ਬੁਰਾ ਹਾਲ ਐ ਇਥੋਂ ਦਾ ਹੋਵੇ ਕੁਝ ਨਾ ਤੇ ਇਹਨਾਂ ਮਹਾਂਪੁਰਖਾਂ ਦੇ ਕੋਲੋਂ ਇਹੋ ਹੀ ਆਪਾਂ ਠੀਕ ਕਰਵਾ ਲਈਏ ਬਰ ਜਾਚੋ ਮੀਠਾ ਜਲ ਹੋਏ ਸਤਿਗੁਰਾਂ ਦੇ ਕੋਲੋਂ ਕਹਿੰਦੇ ਇਹ ਵਰ ਲਵਾਂਗੇ ਆਖਾਂਗੇ ਮਹਾਰਾਜ ਜੀ ਸਾਡੇ ਪਿੰਡ ਦਾ ਪਾਣੀ ਮਿੱਠਾ ਹੋ ਜਾਵੇ ਜੇ ਤੇ ਬਸ ਸੁਖ ਲੇ ਹੋ ਸਭ ਕੋਈ ਅਸਾ ਸੰਗ ਜੀ ਜਿਹੜਾ ਆਪਾਂ ਆਮ ਨਾਰਮਲ ਪਾਣੀ ਪੀਨੇ ਆ ਨਾ ਇਹਨੂੰ ਹੀ ਮਿੱਠਾ ਪਾਣੀ ਕਹਿੰਦੇ ਨੇ ਜਿਹੜੀ ਅਸੀਂ ਵਿੱਚ ਖੰਡ ਘੋਲ ਲੈਨੇ ਆ ਨਾ ਇਹ ਤਾਂ ਅਸਲ ਵਿੱਚ ਆਪਣੇ ਵਾਸਤੇ ਹਾਨੀਕਾਰਕ ਹੀ ਹੈ ਸਲੋ ਪੌਇਜ਼ਨ ਹੀ ਹੈ ਜ਼ਹਿਰ ਹੀ ਹੈ ਮਿੱਠਾ ਪਾਣੀ ਸਾਦੇ ਪਾਣੀ ਨੂੰ ਕਿਹਾ ਤੋ ਕਈ ਵਾਰਾਂ ਕਈ ਭਲੇਖਾ ਖਾ ਜਾਂਦੇ ਨੇ ਸਾਧ ਸੰਗਤ ਜੀ ਆਮ ਤੌਰ ਤੇ ਪਿੰਡਾਂ ਦੇ ਵਿੱਚ ਜਿਹੜੇ ਖੂਹ ਤੋਂ ਚੰਗਾ ਪਾਣੀ ਨਿਕਲਦਾ ਉਹਨੂੰ ਮਿੱਠਾ ਖੂਹ ਕਹਿੰਦੇ ਜ਼ਿਆਦਾਤਰ ਜਿਹੜਾ ਹੈ ਉਹ ਮਿੱਠੇ ਪਾਣੀ ਦੀ ਅਣਹੋਂਦ ਹੁੰਦੀ ਖਾਰਾ ਪਾਣੀ ਜ਼ਮੀਨ ਤਲਿਓਂ ਨਿਕਲਦਾ ਤੇ ਹੁਣ ਅਸੀਂ ਫੇਰ ਉਧਰ ਹੀ ਵੱਧ ਰਹੇ ਆ ਤੋ ਵਾਹਿਗੁਰੂ ਸਾਨੂੰ ਬਖਸ਼ ਲਵੇ ਸਾਡੇ ਦੇ ਕਿਰਪਾਈ ਕਰੇ ਇਸੇ ਤਰ੍ਹਾਂ ਇਹ ਲੋਕ ਕਹਿੰਦੇ ਨੇ ਸਤਿਗੁਰਾਂ ਦੇ ਕੋਲੋਂ ਇਹੀ ਵਰ ਲੈ ਲਈਏ ਸਾਡੇ ਪਿੰਡ ਦਾ ਪਾਣੀ ਮਿੱਠਾ ਹੋ ਜਾਵੇ ਸਾਂਝਾ ਸਭ ਕੋ ਕਾਰਜ ਆਹ ਹੈ ਕਹਿੰਦੇ ਇਹ ਕੰਮ ਤੇ ਸਾਰਿਆਂ ਦਾ ਸਾਂਝਾ ਹੈ ਇਹ ਕੰਮ ਦੇ ਵਿੱਚ ਕੋਈ ਮੇਰ ਤੇਰ ਨਹੀਂ ਹੈ ਇਸ ਪ੍ਰਕਾਰ ਕੋ ਜੇ ਬਾਰ ਲਹੈਂ ਜੇ ਇਹ ਵਰ ਇਹਨਾਂ ਦੇ ਕੋਲੋਂ ਲੈ ਲਈਏ ਭਾਈ ਪ੍ਰভাত ਦੁੱਧ ਦਾਦ ਲੀਨਾ ਇਸ ਲਈ ਸਾਰੇ ਤਿਆਰ ਹੋਏ ਨੇ ਦਿਨ ਜੜਿਆਏ ਤੇ ਦੁੱਧ ਦੀਆਂ ਮਟਕੀਆਂ ਦਹੀਂ ਲੈ ਲਿਆ ਮੱਖਣ ਲੈ ਲਿਆ ਘਿਓ ਲੈ ਲਿਆ ਗੁੜ ਲੈ ਲਿਆ ਇਸ ਤਰ੍ਹਾਂ ਸੰਗਤਾਂ ਰਲ ਮਿਲ ਕੇ ਚਾਵਰ ਚੂਨਾ ਸੁਕ੍ਰਿਤ ਨਵੀਨਾ ਹਾਂ ਸੋਹਣੀ ਵਧਿਆ ਚੌਲ ਜਿਹੜੇ ਚੰਗੇ ਨੇ ਉਹ ਤਿਆਰ ਕੀਤੇ ਹਨ ਕੇ ਉਹ ਵਗੈਰਾ ਵਿੱਚ ਪਾ ਕੇ ਤਾਜਾ ਹੋਏ ਨਿਸ਼ਕਪਟ ਗਏ ਗੁਰਪਾਸ ਹੁਣੇ ਨਿਸ਼ਕਪਟ ਹੋ ਗਏ ਤੇ ਨਿਸ਼ਕਪਟ ਹੋ ਕੇ ਸਤਿਗੁਰਾਂ ਦੇ ਕੋਲ ਗਏ ਠਾਂਡੇ ਹੋਏ ਕਰੀ ਅਰਦਾਸ ਉਹ ਤੇ ਫਿਰ ਠਾਂਡੇ ਹੋਏ ਉਥੇ ਖਲੋ ਕੇ ਅਰਦਾਸ ਬੇਨਤੀ ਕੀਤੀ ਐ ਆਮਰਾ ਹਿਕ ਕਰਤਾ ਅਪਰਾਧੋ ਏ ਵਾਹਿਗੁਰੂ ਪਰਮੇਸ਼ਰ ਸਰੂਪ ਰੱਬ ਰੂਪ ਸਤਿਗੁਰੂ ਜੀ ਮਹਾਰਾਜ ਜੀ ਅਸੀਂ ਔਗੁਨਾਗਾਰ ਸਾਡੇ ਕੋਲ ਹੋ ਗਿਆ ਪਾਪ ਸਾਡੇ ਕੋਲ ਹੋ ਗਿਆ ਅਪਰਾਧ ਆਧਮ ਉਧਾਰਨ ਤੁਮ ਪ੍ਰਿਆ ਸਾਧੂ ਇਹ ਆਪ ਜੀ ਸਾਨੂੰ ਗਰੀਬਾਂ ਨੂੰ ਉਧਾਰਨ ਵਾਲਿਓ ਪਾਰ ਉਤਾਰਾ ਕਰਨ ਵਾਲੇ ਹੋ ਮਹ 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 ਮਾ ਮਹਾ ਮਹਾ ਹੈ ਜਗਤ ਵਿੱਚ ਸੰਸਾਰ ਦੇ ਵਿੱਚ ਆਪ ਜੀ ਦੀ ਜੋ ਮਹਿਮਾ ਹੈ ਬੜੀ ਮਹਾਨ ਹੈ ਬੜੀ ਵੱਡੀ ਹੈ ਸੁਣ ਅਤ ਗੁਰ ਕੀ ਜਹਾਂ ਕਹਾ ਹੈ ਆਪ ਜੀ ਦੀ ਬੜੀ ਾਈ ਤਾਂ ਸਾਰੇ ਜਗਤ ਵਿੱਚ ਹੀ ਐ ਜਿੱਧਰ ਮਰਜੀ ਚਲੇ ਜਾਈਏ ਹਮ ਅਣਜਾਣ ਪਣੇ ਮਨ ਖੋਟੇ ਅਸੀਂ ਅਣਜਾਣ ਪੁਣੇ ਵਿੱਚ ਹੀ ਖੁਟਿਆਈ ਮਨਾਂ ਦੇ ਵਿੱਚ ਧਾਰੀ ਹੋਈ ਪੈੜੀ ਮੱਤ ਵਾਲੇ ਗੁਨਾਗਾਰ ਬੰਦੇ ਜਾਨ ਸਕਹ ਕਿ ਮਝੇ ਮਤ ਮੋਟੇ ਸਾਨੂੰ ਮੋਟੀ ਮੱਤ ਵਾਲਿਆਂ ਬੇਅਕਲਾਂ ਨੂੰ ਕੀ ਪਤਾ ਸੀ ਆਪ ਜੀ ਦੀ ਅਜਮਤ ਤੇ ਵਡਿਆਈ ਦਾ ਬਖਸ਼ਾਉਣ ਕਉ ਮਿਲ ਚੱਲ ਆਏ ਅਸੀਂ ਆਪਣੀਆਂ ਭੁੱਲਾਂ ਆਪਣੇ ਪਾਪ ਬਖਸ਼ਵਾਉਣ ਲਈ ਰਲ ਮਿਲ ਕੇ ਤੁਹਾਡੇ ਕੋਲ ਆਏ ਹਾਂ ਕਿਰਪਾ ਕਰੋ ਆਬ ਦਿਆਲ ਸੁਭਾਏ ਏ ਦਿਆਲੂ ਸੁਭਾਅ ਵਾਲੇ ਧਨ ਤਾਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸਾਡੇ ਗਰੀਬਾਂ ਤੇ ਕਿਰਪਾ ਹੀ ਕਰ ਦਿਓ ਸੋਣ ਆ ਕਪਟ ਗੁਰ ਕਹਿਓ ਕਿਰਪਾਲਾ ਸਤਿਗੁਰੂ ਕਿਉਂਕਿ ਬਾਹਰ ਦੇ ਆ ਸ਼ਬਦਾਂ ਦੇ ਉੱਤੇ ਨਹੀਂ ਰੀਝਦੇ ਸਤਿਗੁਰੂ ਅੰਦਰ ਨੂੰ ਮੁਝਦੇ ਨੇ ਬਾਹਰ ਖਲੋ ਕੇ ਬੰਦਾ ਬੜੀਆਂ ਮਿੱਠੀਆਂ ਗੱਲਾਂ ਕਰੇ ਬੜੀਆਂ ਸਿਆਣੀਆਂ ਗੱਲਾਂ ਕਰੇ ਉੱਚੀਆਂ ਗੱਲਾਂ ਕਰੇ ਅੰਦਰ ਉਹਦੇ ਵਿਕਾਰ ਹੋਣ ਅੰਦਰ ਉਹਦੇ ਵਿਸ਼ੇ ਹੋਣ ਅੰਦਰ ਪਾਪ ਹੋਵੇ ਤੇ ਸਤਿਗੁਰੂ ਉਹਨੂੰ ਕਿਤੇ ਪਛਾਣਦੇ ਨਹੀਂ ਗੁਰੂ ਅੰਦਰ ਦੀਆਂ ਬੁੱਝਦਾ ਬਾਹਰ ਦੇ ਸ਼ਬਦਾਂ ਦੀ ਖੇੜ ਤਾਂ ਬੰਦਿਆਂ ਤੱਕ ਹੈ ਗੁਰੂ ਤੱਕ ਤਾਂ ਅੰਦਰ ਦੀ ਭਾਵਨਾ ਪਹੁੰਚਦੀ ਹੈ ਸਤਿਗੁਰਾਂ ਨੇ ਜਾਣ ਲਿਆ ਵੀ ਹੁਣੇ ਡਰੇ ਹੋਏ ਕੰਬਰਾਏ ਹੋਏ ਨੇ ਹੁਣੇ ਨਿਸ਼ਕਮਟ ਨੇ ਹੁਣ ਇਹਨਾਂ ਦੇ ਮਨ ਵਿੱਚ ਖੋਟ ਨਹੀਂ ਹੈ ਭਲੇ ਲੱਖੋ ਆਏ ਇਸ ਕਾਲਾ ਆ ਭਲੇ ਲੱਖੋ ਆਏ ਇਸ ਕਾਲਾ ਭਲਾ ਜਾਣੋ ਐਸ ਵੇਲੇ ਜੋ ਇਤੇ ਆਏ ਹੋਣਾ ਮਹਾਰਾਜੀ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਲਾ ਹੋਇਆ ਨਿਜ ਅਪਰਾਧ ਬਿਤਤ ਕਹ ਦੀਨਾ ਆਪਣਾ ਅਪਰਾਧ ਤੁਸਾਂ ਆਪੇ ਹੀ ਕਹਿ ਦਿੱਤਾ ਦਾਸ ਨੇ ਕਈ ਵਾਰਾਂ ਇਹ ਅਰਜ਼ ਕੀਤੀ ਹੈ ਸਾਧ ਸੰਗਤ ਜਿਹੜਾ ਅਧਿਆਤਮ ਦਾ ਮਾਰਗ ਹੈ ਇਹਦੇ ਤੇ ਪਹਿਲਾ ਪੈਰ ਪੁੱਟਣਾ ਇਹ ਹੈ ਕਿ ਆਪਣੇ ਅੰਦਰ ਦੇ ਅਵਗੁਣ ਆਪਣੇ ਅੰਦਰ ਦੇ ਪਾਪ ਆਪਣੇ ਅੰਦਰ ਦੀ ਮੈਲ ਉਹਨੂੰ ਪ੍ਰਵਾਨ ਕਰ ਲੈਣਾ ਕਿ ਹਾਂ ਮੇਰੇ ਅੰਦਰ ਇਹ ਔਗਣ ਨੇ ਤੇ ਜੇ ਬੰਦਾ ਮੰਨੇ ਹੀ ਨਾ ਨਾ ਜੀ ਮੇਰੇ ਜਿੱਤਾ ਕੋਈ ਔਗਣ ਹੀ ਨਹੀਂ ਉਹ ਕਦੇ ਵੀ ਅਧਿਆਤਮਕ ਮਾਰਗ ਦੇ ਉੱਤੇ ਚੱਲ ਹੀ ਨਹੀਂ ਸਕਦਾ ਅਧਿਆਤਮ ਦੇ ਮਾਰਗ ਤੇ ਜਿਸ ਨੇ ਚੱਲਣਾ ਹੈ ਸਭ ਤੋਂ ਪਹਿਲਾਂ ਉਹਨੂੰ ਪ੍ਰਵਾਨ ਕਰਨਾ ਪੈਣਾ ਕਿ ਮੈਂ ਗੁਨਾਹਗਾਰ ਆ ਮੈਂ ਭੈੜਾ ਵਾਂ ਮੈਂ ਮਾੜਾ ਵਾਂ ਮੈਂ ਪਾਪੀ ਆ ਅਪਰਾਧੀ ਆ ਫਿਰ ਅੱਗੇ ਤੁਰਿਆ ਜਾਣਾ ਅਸੀਂ ਆਪਣੇ ਮਨ ਦਾ ਮਾਨ ਤਿਆਗਣ ਨੂੰ ਤਿਆਰ ਹੀ ਨਹੀਂ ਉਹ ਜਿਵੇਂ ਸੁਣਾਉਂਦੇ ਨੇ ਸਾਧ ਸੰਗਤ ਜੀ ਸੰਪਰਦਾਇ ਦੇ ਵਿੱਚ ਇੱਕ ਹੈ ਸਾਖੀ ਕਿ ਕੋਈ ਅਮਲੀ ਸੰਨ ਤੇ ਸਾਧ ਸੰਗਤ ਜੀ ਇਕੱਠੇ ਹੋਏ ਕਹਿਣ ਲੱਗੇਗੇ ਚਲੋ ਮੇਲਾ ਵੇਖਣ ਚੱਲੀਏ ਤੇ ਮੇਲਾ ਵੇਖਣ ਚਲੇ ਗਏ ਉੱਥੇ ਸਾਧ ਸੰਗਤ ਜੀ ਭੰਗ ਦੇ ਪਕੌੜੇ ਸਾਰਿਆਂ ਨੇ ਖਾਦੇ ਤੇ ਚੰਗਾ ਜਦੋਂ ਨਸ਼ਾ ਹੋ ਗਿਆ ਤੇ ਤਕਾਲਾਂ ਜੀਆਂ ਪੈ ਗਈਆਂ ਤੇ ਕਹਿੰਦੇ ਚਲੋ ਹਣ ਪਿੰਡ ਨੂੰ ਵਾਪਸ ਚਲੀਏ ਤੇ ਰਾਹ ਵਿੱਚ ਪੈਂਦਾ ਸੀ ਦਰਿਆ ਤੇ ਉਹ ਸਾਥ ਸੰਗਤ ਜੀ ਪਿੰਡਾਂ ਦੇ ਵਿੱਚ ਆਮ ਹੀ ਹੁੰਦਾ ਸੀਗਾ ਸਾਂਝੀਆਂ ਹੀ ਮੇੜੀਆਂ ਹੁੰਦੀਆਂ ਸਨ ਘਾਟ ਦੇ ਉੱਤੇ ਤੇ ਉਹ ਤੇ ਕਿਲਾ ਗੱਡਿਆ ਹੁੰਦਾ ਸੀ ਤੇ ਬੱਧੀ ਹੁੰਦੀ ਸੀ ਕਹਿੰਦੇ ਚਲੋ ਪਿੰਡ ਨੂੰ ਚਲੀਏ ਐਨ ਨਸ਼ੇ ਵਿੱਚ ਟੰ ਹੋਏ ਬਹਿ ਗਏ ਤੇ ਲੱਗੇ ਚੱਪੂ ਦੇ ਚੱਪੂ ਚਲਾਉਣ ਸਾਰੀ ਰਾਤ ਅਮਲੀ ਚੱਪੂ ਚਲਾਉਂਦੇ ਰਹੇ ਤੇ ਦਰਿਆ ਪਾਰ ਹੀ ਨਾ ਹੋਵੇ ਸਵੇਰ ਹੋਈ ਤੇ ਇੱਕ ਦਾ ਮਾੜਾ ਜਾਂ ਨਸ਼ਾ ਜਾਂ ਲੱਥਾ ਉਹਨੇ ਕਿਹਾ ਓਏ ਸਾਰੀ ਰਾਤ ਲੰਘ ਗਈ ਅਜੇ ਪਿੰਡ ਹੀ ਨਹੀਂ ਆਇਆ ਦਰਿਆj ਨਹੀਂ ਪਾਰ ਹੋਇਆ ਜਦੋਂ ਪਿਛਾਹ ਨੂੰ ਮੁੜ ਕੇ ਵੇਖਿਆ ਤੇ ਉਹ ਜਿਹੜਾ ਰੱਸਾ ਸੀ ਨਾ ਕਿੱਲੇ ਨੂੰ ਬੰਧਾ ਉਹ ਖੋਲਿਆ ਹੀ ਨਹੀਂ ਸੀ ਸਾਰੀ ਰਾਤ ਹੀ ਚੱਪੂ ਮਾਰੀ ਗਏ ਉਹ ਰੱਸਾ ਤਾਂ ਖੋਲਿਆ ਹੀ ਨਾ ਤੇ ਦਰਿਆ ਕਿਵੇਂ ਪਾਰ ਹੋਣਾ ਸੀ ਉਹ ਗੁਰਮੁਖ ਮਹਾਂਪੁਰਖ ਕਹਿੰਦੇ ਨੇ ਬੰਦਿਆ ਸੇਵਾ ਵੀ ਕਰਨ ਚੱਲ ਪਿਆ ਸਿਮਰਨ ਦਾ ਚੱਪੂ ਵੀ ਚਲਾ ਲਿਆ ਬਾਣੀ ਦਾ ਚੱਪੂ ਵੀ ਚਲਾ ਲਿਆ ਦਾਨ ਪੁੰਨ ਦਾ ਚੱਪੂ ਵੀ ਚਲਾ ਲਿਆ ਤੇ ਹਉਮੈ ਵਾਲਾ ਰੱਸਾ ਦੇ ਖੋਲਿਆ ਹੀ ਨਹੀਂ ਚਲਾਈ ਜਾ ਚੱਪੂ ਨਹੀਂ ਪਾਰ ਲੰਘਿਆ ਜਾਣਾ ਸਭ ਤੋਂ ਪਹਿਲਾਂ ਹਉਮੈ ਦਾ ਜਿਹੜਾ ਰੱਸਾ ਖੋਲਣਾ ਪੈਣਾ ਹੈ ਹਉਮੈ ਦਾ ਰੱਸਾ ਖੋਲ ਦੇ ਪਹਿਲਾ ਇਹ ਮੰਨ ਕਿ ਮੇਰੇ ਪੱਲੇ ਕੱਖ ਨਹੀਂ ਮੈਂ ਫੁਕਰਾਂ ਵਾਂ ਮੈਂ ਝੂਠਾ ਵਾਂ ਬੇਈਮਾਨ ਆ ਮੇਰੀ ਨੀਤ ਬੜੀ ਮਾੜੀ ਐ ਮੇਰੇ ਅੰਦਰ ਬੜੀ ਕਾਲਖ ਹੈ ਮੈਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਭਰਿਆ ਪਿਆ ਈਰਖ ਨਾਲ ਡੱਕਿਆ ਪਿਆ ਸਾਰਿਆਂ ਦੇ ਨਾਲ ਈਰਖਾ ਕਰਦਾ ਵਾਂ ਸਾਰਿਆਂ ਦੀ ਨਿੰਦਾ ਕਰਦਾ ਵਾਂ ਝੂਠ ਬੋਲਦਾ ਵਾਂ ਦੂਜਿਆਂ ਵੱਲ ਵੇਖ ਕੇ ਸਾੜਾ ਕਰਦਾ ਵਾਂ ਇਹ ਪਹਿਲਾ ਮੰਨ ਜਿੰਨਾ ਚਿਰ ਮੇਰੇਆ ਮਨਾਂ ਤੋਂ ਇਹ ਨਾਮ ਮੰਨੇਗਾ ਨਾ ਉਹਨਾਂ ਚਿਰ ਤੇਰਾ ਕੁਛ ਨਹੀਂ ਹੋਣਾ ਜਿੰਨੇ ਮਰਜੀ ਚੱਪੂ ਚਲਾਈ ਜਾ ਜਿੰਨਾ ਚਿਰ ਹਾਂ ਮੈਂ ਦਾ ਰੱਸਾ ਖੋਲ ਨਹੀਂ ਨਿੰਦਾ ਸੰਸਾਰ ਦੇ ਜਗਤ ਦੇ ਕਿੱਲੇ ਤੋਂ ਉਹਨਾਂ ਚਿਰ ਇਹ ਭਵਜਲ ਸਾਗਰ पार ਨਹੀਂ ਲੰਘਣਾ ਬਿਗਰੇ ਕਾਜ ਸੁਧਾਰਨ ਕੀਨਾ ਬਹੁਤ ਬਹੁਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਤੁਸੀਂ ਆਪਣੇ ਵਿਗੜੇ ਕਾਰਜ ਸਵਾਰ ਲੈ ਪੀ ਤੂੰ ਸਾ ਆਪਣਾ ਉਹ ਹਉਮੈ ਵਾਲਾ ਰੱਸਾ ਹੁਣ ਖੋਲ ਲਿਆ ਗੁਰੂ ਨੇ ਕਲਾ ਵਰਤਾਈ ਆ ਨਾ ਮਹਾਰਾਜ ਨੇ ਬਖਸ਼ਿਸ਼ ਕਰਨੀ ਸੀ ਇਹਨਾਂ ਦੇ ਮਨ ਵਿੱਚ ਬੇਈਮਾਨੀ ਪਾਉਣ ਵਾਲਾ ਵੀ ਤੂੰ ਆਪ ਹੀ ਐ ਮੇਰੇ ਮਾਲਕਾ ਤੇ ਇਹਨਾਂ ਦੇ ਕੋਲੋਂ ਇਹ ਅਵਗੁਣ ਕਰਵਾਉਣ ਵਾਲਾ ਵੀ ਤੂੰ ਹੀ ਐ ਹੁਣ ਤਰਸ ਕਰਕੇ ਇਹਨਾਂ ਨੂੰ ਅਹਿਸਾਸ ਵੀ ਤੂੰ ਆਪ ਹੀ ਕਰਵਾ ਦਿੱਤਾ ਹੈ ਤੇਰੀ ਖੇੜੀ ਐ ਸਾਰੀ ਇਸ ਤਰ੍ਹਾਂ ਸਾਧ ਸੰਗਤ ਜੀ ਮੇਰੇ ਹਜ਼ੂਰ ਕਿਰਪਾ ਨੇ ਤੇ ਗਰੀਬ ਨਿਵਾਜ ਜੀ ਇਹਨਾਂ ਨੂੰ ਬਖਸ਼ਿਸ਼ਾਂ ਨਾਲ ਨਿਵਾਜ ਦੇ ਹਨ ਸਭ ਕੀ ਕਹ ਕਾਮਨਾ ਕਵਣਾ ਹ ਸਾਰਿਆਂ ਦੀ ਕਾਮਨਾ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪੇ ਬੁੱਝ ਲਿਆ ਨਾ ਦੱਸੋ ਭਾਈ ਤੁਹਾਡੀ ਸਾਰਿਆਂ ਦੀ ਕਾਮਨਾ ਕੀ ਹੈ ਕੀ ਚਾਹੁੰਦੇ ਹੋ ਸਾਡੇ ਕੋਲੋਂ ਕੀ ਜਾਂਚਤ ਹੈ ਉਚਰੋ ਤਾਣਾ ਕੀ ਜਾਂਚਦੇ ਹੋ ਕੀ ਮੰਗਦੇ ਹੋ ਸਾਡੇ ਕੋਲੋਂ ਉਚਰੋ ਬੋਲੋ ਕੁਝ ਜੋ ਚਾਹੁੰਦੇ ਹੋ ਮਿਲੇਗਾ ਗੁਰ ਕਰुणा ਕਉ ਰਾਹਕ ਜਾਣੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਜਦੋਂ ਉਹਨਾਂ ਰਾਹ ਕਿਸਾਨਾਂ ਨੇ ਜਾਣਿਆ ਨਾ ਕੇ ਹਾਂ ਵਾਹਿਗੁਰੂ ਦੀ ਮਿਹਰ ਹੋ ਗਈ ਸਤਿਗੁਰੂ ਜੀ ਨੇ ਸਾਨੂੰ ਬਖਸ਼ ਦਿੱਤਾ ਸਾਡੇ ਦੇ ਤਰਸ ਕਰ ਲਿਆ ਦਇਆ ਦ੍ਰਿਸ਼ਟੀ ਕਰ ਲਈ ਬੰਦੇ ਪਾਣ ਬਖਾਨੀ ਬਾਣੀ ਚਰਨ ਫੜ ਲੈ ਤੇ ਬਹੁਤ ਤਰਲੇ ਲੈ ਲੈ ਕੇ ਲੱਗੇ ਬੇਨਤੀਆਂ ਕਰਨ ਹਮਰੇ ਗ੍ਰਾਮ ਸੀਮ ਜਹਤੀ ਕਾ ਮਹਾਰਾਜੀ ਸਾਡਾ ਇਹ ਜਿਹੜਾ ਪਿੰਡ ਹੈ ਇਦੇ ਵਿੱਚ ਪਾਣੀ ਦੀ ਬੜੀ ਕਿੱਲਤ ਹੈ ਸਾਡੇ ਕੋਲ ਖਾਰਾ ਪਾਣੀ ਹੈ ਦੂਰ ਜਾਣਾ ਪੈਂਦਾ ਜਲ ਖਾਰੋ ਹੋਏ ਮਿਲ ਨਾ ਨੀਕਾ ਇੱਤੇ ਅਸੀਂ ਬੜੇ ਯਤਨ ਕੀਤੇ ਨੇ ਬਜ਼ੁਰਗਾਂ ਤੋਂ ਲੈ ਕੇ ਪਾਣੀ ਨਹੀਂ ਚੰਗਾ ਆਇਆ ਖਾਰਾ ਪਾਣੀ ਆਉਂਦਾ ਹੈ ਬੜੇ ਅਸੀਂ ਦੁਖੀ ਹਾਂ ਆਪ ਆਹੋ ਸਤਿਪੁਰਖ ਮਹਾਨ ਆਪ ਜੀ ਮਹਾਂਪੁਰਖ ਹੋ ਏ ਸਤਗੁਰੂ ਜੀ ਆਪ ਜੀ ਬੜੇ ਮਹਾਪੁਰਖ ਹੋ ਜੀ ਸ਼ੇਰ ਮੁਖ ਤੇਜ ਹੈ ਕਰਹਾ ਬਖਾਨਾ ਤੇ ਆਪ ਜੀ ਆਪਣੇ ਸ੍ਰੀ ਮੁਖ ਤੋਂ ਕਿਰਪਾ ਕਰਕੇ ਇਹ ਪਿਆਰਾ ਜਿਹਾ ਇੱਕ ਬਚਨ ਕਰ ਦਿਓ ਇਹਾਂ ਕੋਪਕ ਆਬ ਖਣਵਾਵ ਹੋ ਕਿ ਇਤੇ ਇੱਕ ਖੂ ਨਵਾਂ ਆਪ ਜੀ ਕਿਰਪਾ ਕਰਕੇ ਖੁਨਵਾਵ ਦਿਓ ਜੀ ਜਹ ਸਥਾਨ ਮੈਂ ਆਪ ਬਤਾਵ ਹੋ ਉਹ ਸਥਾਨ ਜਿਹੜਾ ਤੁਸੀਂ ਦੱਸੋਗੇ ਉਹਤੇ ਖੂਹ ਖੋਦਾਂਗੇ ਤੇ ਹੋਵੇਗਾ ਕੀ ਉਹਦੇ ਵਿੱਚ ਚੰਗਾ ਪਾਣੀ ਆ ਜਾਵੇਗਾ ਮਿੱਠਾ ਪਾਣੀ ਆਵੇਗਾ ਇਹ ਤੋ ਤੁਸੀਂ ਕਿਰਪਾ ਕਰ ਦਿਓ ਤੁਹਾਡੇ ਤਾਈ ਬੇਨਤੀ ਹੈ ਤਹਾਂ ਖਣ ਹੈ ਜਲ ਮਿੱਠਾ ਹੋਏ ਉੱਤੇ ਜਾ ਕੇ ਖੂਹ ਖਣੀਏ ਪੁੱਟਿਏ ਜਿੱਤੇ ਪਾਣੀ ਮਿੱਠਾ ਹੋਵੇ ਖਰ ਖਾ ਪਾਨ ਕਰਾਂ ਸਭ ਕੋਏ ਇਹ ਸਾਰੇ ਨਗਰ ਦੇ ਲੋਕ ਜੀਆ ਜੰਤ ਬੇਜੁਬਾਨ ਵੀ ਪਾਣੀ ਪੀ ਕੇ ਖੁਸ਼ ਹੋਣਗੇ ਆਪ ਜੀ ਦਾ ਸ਼ੁਕਰਾਨਾ ਕਰਨਗੇ ਇਹੇ ਕਾਮਨਾ ਸਭ ਕੇ ਮਨ ਕੀ ਇਹੋ ਹੀ ਇੱਕ ਕਾਮਨਾ ਸਾਰਿਆਂ ਦੇ ਮਨ ਦੀ ਹੈ ਸਰਦਾਰਾ ਵਰ ਕੇ ਰ ਬਚਨ ਕੀ ਆਪ ਜੀ ਦੇ ਬਚਨਾਂ ਤੇ ਸਾਨੂੰ ਬੜੀ ਸ਼ਰਧਾ ਹੈ ਤੁਸੀਂ ਬਚਨ ਕਰਦੋਗੇ ਤੇ ਤੁਹਾਡਾ ਬਚਨ ਸੱਚਾ ਹੀ ਹੋਣਾ ਹੈ ਤਬ ਸਤਗੁਰ ਕਰ ਧਨੁਖ ਸੰਭਾਰਾ ਤਾ ਸਤਗੁਰਾਂ ਨੇ ਉਸ ਵੇਲੇ ਕੋਲ ਪਿਆ ਧਨੁਖ ਸੀ ਕਮਾਨ ਉਹਨੂੰ ਸੰਭਾਲ ਕੇ ਤਰਕਸ਼ਤੇ ਇੱਕ ਤੀਰ ਨਿਕਾਰਾ ਤਰਕਸ਼ਤੇ ਵਿੱਚੋਂ ਇੱਕ ਕੱਢਿਆ ਭੱਤੇ ਦੇ ਵਿੱਚੋਂ ਤੀਰ ਸੰਧ ਪਣਚ ਮਹਾਂ ਚ ਚਲਾਇਓ ਆ ਚੜਾ ਕੇ ਚਿੱਲੇ ਤੇ ਮਹਾਰਾਜ ਜੀ ਨੇ ਇੱਕ ਤੀਰ ਤਾਂ ਨੂੰ ਕਰਕੇ ਚਲਾਇਆ ਪਰ ਉਹ ਦੂਰ ਗੁਰਬਾਕ ਆ ਲਾਇਓ ਉਹ ਤੀਰ ਉੱਪਰ ਨੂੰ ਗਿਆ ਆਕਾਸ਼ ਵੱਲ ਨੂੰ ਤੇ ਦੂਰ ਜਾ ਕੇ ਸਾਧ ਸੰਗਤ ਜੀ ਜਿਸ ਵੇਲੇ ਡਿੱਗਾ ਹੈ ਜਹ ਲਗ ਬਾਣ ਹਮਾਰੋ ਗयो ਹਯੂਰ ਨੇ ਕਿਆ ਜਿੱਧਰ ਨੂੰ ਸਾਡਾ ਬਾਣ ਗਿਆ ਹੈ ਤਹ ਲਗ ਜਲ ਮੀਠੋ ਕਰ ਦਇਓ ਉਤੋਂ ਤੱਕ ਜਿੱਤੋਂ ਤੱਕ ਤੀਰ ਚਲਾ ਗਿਆ ਨਾ ਉਤੋਂ ਤੱਕ ਜਲ ਮਿੱਠਾ ਹੋ ਗਿਆ ਇਸ ਤੇ ਉਰੇ ਕੂਪ ਜੋ ਲਾਓ ਇਹਦੇ ਤੂੰ ਉਰੇ ਉਰੇ ਜਿਹੜਾ ਖੂ ਲਾਓਗੇ ਭਾਵੇਂ ਇੱਕ ਲਾਓ ਭਾਵੇਂ ਦੋ ਲਾਓ ਚਾਰ ਲਾਓ ਜਿੰਨੇ ਵੀ ਲਾਓਗੇ ਜਲ ਮਿੱਠਾ ਹੋਏ ਪੀ ਤ੍ਰਿਪਤਾਵ ਹੋ ਉਹ ਜਲ ਮਿੱਠਾ ਹੀ ਆਵੇਗਾ ਜਿੱਤੇ ਮਰਜੀ ਖੂ ਲਾ ਲਵੋ ਤੇ ਜਲ ਛੱਕ ਕੇ ਪੀ ਕੇ ਤ੍ਰਿਪਤ ਹੋ ਜਾਓ ਸੁਣ ਕਾ ਰਾਹਕ ਗਣ ਹਰ ਖਾਏ ਇਹ ਸੁਣ ਕੇ ਸਾਰੇ ਪਿੰਡ ਵਾਲੇ ਬੜੇ ਪ੍ਰਸੰਨ ਹੋ ਗਏ ਖੁਸ਼ ਹੋ ਗਏ ਹਨ ਹੱਥ ਜੋਰ ਸਭ ਸੀਸ ਨਿਵਾਏ ਹੱਥ ਜੋੜੇ ਸੀਸ ਨਿਵਾਇਆ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹੇ ਸੱਚੇ ਪਾਤਸ਼ਾਹ ਆਪ ਜੀ ਇਦਾਂ ਹੀ ਸਾਡੇ ਗਰੀਬਾਂ ਤੇ ਵੀ ਕਿਰਪਾ ਕਰੋ ਆਪਣਾ ਬਾਣੀ ਦਾ ਤੀਰ ਮਾਰ ਕੇ ਤੇ ਸਾਡਾ ਹਿਰਦਾ ਜਿਹੜਾ ਖਾਰਾ ਹੋਇਆ ਪਿਆ ਹੈ ਨਾ ਅੰਦਰੋਂ ਵਿਸ਼ਿਆਂ ਵਿਕਾਰਾਂ ਦੇ ਨਾਲ ਇਹਨੂੰ ਕਿਰਪਾ ਕਰਕੇ ਨਾਮ ਬਾਣੀ ਦੀ ਮਿਠਾਸ ਦੇ ਕੇ ਆਪਣੇ ਚਰਨਾ ਕਮਲਾਂ ਦਾ ਪਿਆਰਾ ਕਰ ਲਵੋ ਆਪ ਜੀ ਦੇ ਜੋ ਸੱਚੇ ਪਾਤਸ਼ਾਹ ਜੀ ਬਾਣੀ ਦੇ ਤੀਰ ਨੇ ਨਾ ਇਹ ਜਿਹਦੇ ਹਿਰਦੇ ਨੂੰ ਜਾ ਕੇ ਲੱਗਦੇ ਨੇ ਉਹ ਦਾ ਅੰਦਰ ਐ ਸਵੱਛ ਹੋ ਜਾਂਦਾ ਹੈ ਗੁਰਮੁਖ ਪਿਆਰਿਓ ਜਿਸ ਵੇਲੇ ਆਪਾਂ ਕਬੀਰ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਿਆ ਕਰੇ ਜੇ ਛੇਕ ਇੱਕੋ ਬਾਣ ਲੱਗਾ ਅੰਦਰ ਵਿੰਨਿਆ ਗਿਆ ਉਹ ਕਹਿੰਦੇ ਨੇ ਨੇਜ਼ੇ ਦੀ ਬਰਸ਼ੇ ਦੀ ਚੋਟ ਲੱਗ ਜਾਵੇ ਉਹਨੂੰ ਸੂਰਮਾ ਜਰ ਲਵੇਗਾ ਗੁਰੂ ਕੇ ਸ਼ਬਦ ਦੀ ਚੋੜ ਜਰਨ ਵਾਲਾ ਕੋਈ ਵਿਰਲਾ ਕੋਈ ਵਿਰਲਾ ਧੰ ਸਤਿਗੁਰੂ ਜੀ ਕਬੀਰ ਸਾਹਿਬ ਜੀ ਦਾ ਇਹ ਬਚਨ ਹੈ ਕਬੀਰ ਬਿਰਹ ਭਉਇੰਗਮ ਮਨ ਬਸੈ ਬੈਰਾਗ ਦਾ ਬਾਣ ਜਦੋਂ ਲੱਗਦਾ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਸਾਰੀ ਬਾਣੀ ਇਹੀ ਸਮਝਾਉਂਦੀ ਹੈ ਨਾ ਸਾਨੂੰ ਕਿ ਬੰਦਿਆ ਵੇਖ ਮਾਰ ਕਾ ਛਾਤੀ ਚਾਰ ਚਫੇਰੇ ਕੌਣ ਹੈ ਤੇਰਾ ਤੇਰਾ ਤਾਂ ਕੋਈ ਵੀ ਨਹੀਂ ਜਬ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਕੌਣ ਹੈ ਤੇਰਾ ਆਪਣਾ ਭਲਿਆ ਲੋਕਾ ਨਾ ਮਾਂ ਨਾ ਪਿਓ ਨਾ ਪਤਨੀ ਨਾ ਪਤੀ ਨਾ ਪੁੱਤਰ ਨਾ ਧੀ ਨਾ ਦੋਸਤ ਨਾ ਮਿੱਤਰ ਕੋਈ ਤੇਰਾ ਨਹੀਂ ਤੇ ਐਵੇਂ ਕਿਸੇ ਤੇ ਗੁੱਸਾ ਕਰਨ ਦੀ ਲੋੜ ਨਹੀਂ ਸਤਿਗੁਰੂ ਜੀ ਕਹਿੰਦੇ ਇਸ ਵਿਦ ਕੋ ਵਿਵਹਾਰ ਬਨਿਓ ਹੈ ਇਹ ਤੇ ਜਗਤ ਦਾ ਵਿਹਾਰ ਹੀ ਐ ਤੇਰੇ ਇਕੱਲੇ ਨਾਲ ਥੋੜਾ ਸਾਰੀ ਦੁਨੀਆ ਦਾ ਵਿਹਾਰ ਬਣਿਆ ਹੋਇਆ ਐ ਇਸ ਲਈ ਨਾਮ ਦੇ ਨਾਲ ਭਾਈ ਜੁੜਨਾ ਕਰ ਗੁਰੂ ਬਾਕ ਮਹ ਸ਼ਰਦਾ ਧਾਰੇ ਸਤਿਗੁਰੂ ਮਹਾਰਾਜ ਜੀ ਦੇ ਬਾਕ ਵਿੱਚ ਗੁਰੂ ਕੇ ਬਚਨਾਂ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਸ਼ਰਦਾ ਧਾਰ ਲਈ ਕੋਪ ਖਨਾਇਓ ਭਾ ਬਰਬਾਰੀ ਤਾਂ ਉਹਨਾਂ ਨੇ ਫਿਰ ਸਭੁਲਤਾ ਪਾਈ ਐ ਜੀ ਵੀ ਇਨਾਂ ਨੇ ਖੂ ਖੁਨਵਾਇਆ ਇੱਕ ਦਿਨ ਗੌਰ ਰੱਖੇ ਕਰ ਜ਼ੋਰਤ ਇੱਕ ਦਿਨ ਹੱਥ ਜੋੜ ਕੇ ਮਹਾਰਾਜ ਜੀ ਨੂੰ ਫਿਰ ਰੋਕ ਕੇ ਰੱਖਿਆ ਵੀ ਪਿਛਲੀ ਰਾਤ ਮਹਾਰਾਜ ਜੀ ਅਸੀਂ ਆਪ ਦਾ ਆਦਰ ਨਹੀਂ ਕੀਤਾ ਸਵਾਗਤ ਨਹੀਂ ਕੀਤਾ ਸੇਵਾ ਨਹੀਂ ਕੀਤੀ ਹੁਣ ਅੱਜ ਕਿਰਪਾ ਕਰ ਦਿਓ ਸਾਨੂੰ ਬਖਸ਼ ਦਿਓ ਸਾਡੀਆਂ ਭੁੱਲਾਂ ਨਾਲ ਚਿਤਾਰਿਓ ਤੇ ਸਾਡੀ ਸੇਵਾ ਪ੍ਰਵਾਨ ਕਰੋ ਪਰ ਲੱਗੇ ਨੇ ਪ੍ਰਸ਼ਾਦ ਦੇ ਪਕਾਉਣ ਲੱਗੇ ਨੇ ਤਿਆਰੀ ਕਰਨ ਸਾਰੀ ਸੇਵਾ ਕੀ ਨਸ ਚਰਨ ਨਿਹੋਰਤ ਸੇਵਾ ਕੀਤੀ ਸਤਿਗੁਰਾਂ ਦੇ ਚਰਨ ਕਮਲ ਪਰਸੇ ਦੇਸ ਆਗਲੇ ਜੀਨ ਪਵਾਏ ਅਗਲੇ ਦਿਨ ਸਤਿਗੁਰਾਂ ਨੇ ਘੋੜਿਆਂ ਤੇ ਕਾਠੀਆਂ ਪਵਾ ਕੇ ਹਾਂ ਆ ਰੋੜ ਗੁਰ ਅਗਰ ਸਦਾਏ ਘੋੜਿਆਂ ਤੇ ਹੋ ਕੇ ਸਵਾਰ ਮਹਾਰਾਜ ਅੱਗੇ ਚੱਲ ਪਏ ਨਗਰ ਵਿਸਾਲ ਜੀਂਦ ਜੇ ਸਨਾਮ ਇਨ ਅੱਗੇ ਬੜਾ ਵੱਡਾ ਇੱਕ ਨਗਰ ਆਇਆ ਜਿਹੜੇ ਨਗਰ ਦਾ ਨਾਮ ਜੀਂਦ ਹੈ ਚਾਰੇ ਵਰਨ ਬਸ ਹੈ ਅਬਿਰਾਮ ਇਹ ਚਾਰੇ ਵਰਨਾ ਦੇ ਲੋਕ ਹੀ ਇਹਦੇ ਵਿੱਚ ਵੱਸਦੇ ਸਨ ਬਹੁਤ ਵੱਡੀ ਆਬਾਦੀ ਸੀ ਰਾਜ ਤੁਰਕ ਕੋ ਕਰੋਰ ਬਡੇਰਾ ਜਿਹੜਾ ਤੁਰਕਾਂ ਦਾ ਰਾਜ ਸੀ ਨਾ ਬੜਾ ਜ਼ੁਲਮੀ ਰਾਜ ਸੀ ਬੜਾ ਸਿੱਤਮ ਵਾਲਾ ਰਾਜ ਸੀ ਕਰ ਹੈ ਕੋ ਕਰਮਣ ਹਿੰਦੁਣ ਜੇਰਾ ਉਹ ਹਿੰਦੂਆਂ ਦੇ ਉੱਤੇ ਬੜਾ ਜ਼ੁਲਮ ਕਰਦੇ ਬੜਾ ਜਬਰ ਕਰਦੇ ਬੜਾ ਜ਼ੋਰ ਕਰਦੇ ਕਈ ਸੱਜਣ ਕਹਿੰਦੇ ਨੇ ਕਿ ਅਨਹੀਂ ਜੀ ਇਸਲਾਮ ਤਾਂ ਸ਼ਾਂਤੀ ਪਸੰਦ ਜਿਹੜਾ ਹੈ ਮਜਬ ਹੈ ਅਸੀਂ ਵੀ ਮੰਨਣਾ ਚਾਹੁੰਦੇ ਹਾਂ ਵੀ ਇਸਲਾਮ ਸ਼ਾਂਤੀ ਪਸੰਦ ਮਜਬ ਹੈ ਮੰਨਣਾ ਚਾਹੁੰਦੇ ਹਾਂ ਪਰ ਮਾਫ਼ ਕਰਨਾ ਨਜ਼ਰ ਨਹੀਂ ਆਉਂਦਾ ਨਜ਼ਰ ਨਹੀਂ ਆਉਂਦਾ ਪਾਕਿਸਤਾਨ ਦੇ ਵਿੱਚ ਜਾਈਏ ਤੇ ਇਸਲਾਮ ਸ਼ਾਂਤੀ ਪਸੰਦ ਨਹੀਂ ਨਜ਼ਰ ਆਉਂਦਾ ਅਫਗਾਨਿਸਤਾਨ ਵਿੱਚ ਜਾਈਏ ਸ਼ਾਂਤੀ ਪਸੰਦ ਨਹੀਂ ਨਜ਼ਰ ਈਰਾਨ ਵੀ ਚਲੇ ਜਾਓ ਇਰਾਕ ਵੀ ਚਲੇ ਜਾਓ ਅੱਗੇ ਅਰਬ ਦੇਸ਼ਾਂ ਚਲੇ ਜਾਓ ਨਹੀਂ ਨਜ਼ਰ ਆਉਂਦਾ ਸ਼ਾਂਤੀ ਉਸ ਕਿੱਥੇ ਸ਼ਾਂਤੀ ਪਸੰਦ ਨਜ਼ਰ ਆਵੇਗਾ ਜਿੱਥੇ ਘਟ ਗਿਣਤੀ ਹੋਵੇਗਾ ਤੋ ਮਤ ਨਹੀਂ ਲਾਉਂਦੇ ਇਹ ਤੱਥ ਬੋਲਦਾ ਜਿੱਤੇ ਘਟ ਗਿਣਤੀ ਹੋਣਗੇ ਸਾਡੇ ਮੁਸਲਮਾਨ ਭਰਾ ਬੜੇ ਸ਼ਾਂਤੀ ਪਸੰਦ ਹੋਣਗੇ ਤੇ ਜਦੋਂ ਹੀ ਬਹੁ ਗਿਣਤੀ ਹੋ ਜਾਏ ਉਹ ਕਹਿੰਦੇ ਜੀ ਲੈ ਸਾਰੇ ਥੋੜਾ ਮਾੜੇ ਨੇ ਥੋੜੇ ਜਿਹੀ ਮਾੜੇ ਨੇ ਠੀਕ ਐ ਥੋੜੇ ਜਿਹੀ ਮਾੜੇ ਸਹੀਂ ਪਰ ਜਿਹੜੇ ਚੰਗੇ ਨੇ ਉਹ ਮਾੜਿਆਂ ਨੂੰ ਡੱਕਦੇ ਕਿਉਂ ਨਹੀਂ ਫਿਰ ਜਿਹੜੇ ਚੰਗੇ ਨੇ ਉਹ ਮਾੜਿਆਂ ਨੂੰ ਡੱਕਦੇ ਕਿਉਂ ਨਹੀਂ ਐ ਸਵਾਲੇ ਹੁਣ ਜਦੋਂ 84 ਦਾ ਸੀ ਕਤਲੇ ਆਮ ਦਾ ਜਦੋਂ ਨਾਂ ਲੈਨੇ ਆ ਨਾ ਕਤਲੇ ਆਮ ਹੋਈ ਪੂਰੇ ਭਾਰਤ ਦੇ ਵਿੱਚ ਗਲਾਂ 'ਚ ਟੈਰ ਪਾ ਪਾ ਅੱਗਾਂ ਲਾਈਆਂ ਕਹਿੰਦੇ ਲਓ ਜੀ ਸਾਰੇ ਹਿੰਦੂ ਥੋੜਾ ਮਾੜੇ ਨੇ ਥੋੜੇ ਜਿਹੀ ਮਾੜੇ ਸਨ ਇਹ ਅਸੀਂ ਵੀ ਮੰਨਦੇ ਆ ਵੀ ਸਾਰੇ ਮਾੜੇ ਨਹੀਂ ਥੋੜੇ ਜਿਹੀ ਮਾੜੇ ਸਨ ਪਰ ਉਹ ਜਿਹੜੇ ਚੰਗੇ ਨੇ ਉਹਨਾਂ ਨੇ ਆਪਣੇ ਘਰਾਂ ਦੇ ਬੂਹੇ ਕਿਉਂ ਨਾ ਖੋਲੇ ਅਸਲ ਸਵਾਲ ਇਹ ਹੈ ਜਿਹੜੇ ਚੰਗੇ ਸਨ ਉਹਨਾਂ ਨੇ ਉਹਨਾਂ ਕਾਤਲਾਂ ਨੂੰ ਰੋਕਿਆ ਕਿਉਂ ਨਾ ਜਿਹੜੇ ਚੰਗੇ ਸਨ ਉਹ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਆ ਕੇ ਖਲੋਤੇ ਕਿਉਂ ਨਾ ਤੇ ਮਾੜਿਆਂ ਨੂੰ ਉਹਨਾਂ ਨੇ ਵੰਗਾਰ ਕੇ ਕਿਹਾ ਕਿਉਂ ਨਾ ਕਿ ਜਿਹੜੇ ਸਤਗੁਰਾਂ ਨੇ ਤਿਲਕ ਤੇ ਜੰਨੂ ਦੀ ਰਾਖੀ ਲਈ ਸ਼ਹੀਦੀ ਪਾਈ ਉਸ ਗੁਰੂ ਦੇ ਘਰ ਤੇ ਅਸੀਂ ਹਮਲਾ ਨਹੀਂ ਹੋਣ ਦੇਣਾ ਇਹ ਨਹੀਂ ਸਮਝਾਉਂਦੀ ਵੀ ਉਹ ਚੰਗੇ ਲੋਕ ਕਿੱਥੇ ਚਲੇ ਗਏ ਸਨ ਫਿਰ ਜਦੋਂ ਕਤਲੇਆਮ ਕਰਵਾਉਣ ਦਾ ਸਭ ਤੋਂ ਵੱਡਾ ਦੋਸ਼ੀ ਰਜੀਵ ગાંધી ਉਹ ਇਲੈਕਸ਼ਨ ਦੇ ਵਿੱਚ ਖਲੋਤਾ ਹੈ ਤੇ ਸਾਧ ਸੰਗਤ ਜੀ ਉੱਥੇ ਫਿਰ ਉਹ ਵੋਟਾਂ ਮੰਗ ਰਿਹਾ ਹੈ ਤੇ ਇਹ ਨਹੀਂ ਸਮਝਾਉਂਦੀ ਵੀ ਜਿਹੜੇ ਚੰਗੇ ਲੋਕ ਸਨ ਕਿਉਂਕਿ ਮਾੜੇ ਤਾਂ ਥੋੜੇ ਜਿਹੀ ਸਨ ਜ਼ਿਆਦਾ ਤਾਂ ਚੰਗੇ ਹੀ ਸਨ ਉਹ ਚੰਗੇ ਲੋਕਾਂ ਨੂੰ ਉਹ ਕਾਤਲ ਨਜ਼ਰ ਕਿਉਂ ਨਾ ਆਇਆ ਤੇ ਉਹਨਾਂ ਨੇ ਉਸ ਕਾਤਲ ਬੰਦੇ ਨੂੰ ਵੋਟਾਂ ਪਾ ਕੇ ਸਭ ਤੋਂ ਵੱਧ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਕਿਉਂ ਬਣਾ ਦਿੱਤਾ ਜੇ ਲੋਕ ਚੰਗੇ ਸਨ ਤੇ ਉਹਨਾਂ ਨੂੰ ਉਹਦਾ ਪਾਪ ਨજર ਕਿਉਂ ਨਾ ਆਇਆ ਤੇ ਜੇ ਉਹਨਾਂ ਨੂੰ ਉਹਦਾ ਪਾਪ ਨજર ਨਹੀਂ ਸੀ ਆਉਂਦਾ ਫਿਰ ਕਿਵੇਂ ਮੰਨ ਲਈਏ ਵੀ ਥੋੜੇ ਜਿਹੀ ਮਾੜੇ ਸਨ ਬਾਕੀ ਤਾਂ ਚੰਗੇ ਸਨ ਵੀ ਕਿਵੇਂ ਮੰਨ ਲਈਏ ਏਸੀ ਤਰ੍ਹਾਂ ਸਾਧ ਸੰਗਤ ਜੀ ਮੌਜੂਦਾ ਵਰਤਮਾਨ ਵਿੱਚ ਵੇਖੀਏ ਨਾ ਚਾਤੀ ਮਾਰੀਏ ਇਹ ਗੁਰਮੁਖ ਪਿਆਰਿਓ ਸੱਚਮੁੱਚ ਉਹ ਜਦੋਂ ਇਹ ਪਤਾ ਲੱਗਾ ਕੈਨੇਡਾ ਦੀ ਧਰਤੀ ਤੇ ਇੱਕ ਗੁਰੂ ਕੇ ਸੇਖ ਨੂੰ ਸਰਕਾਰੀ ਸ਼ਹਿ ਦੇ ਨਾਲ ਭਾੜੇ ਦੇ ਕਾਤਲਾਂ ਦੇ ਕੋਲੋਂ ਕਤਲ ਕਰਵਾਇਆ ਜਾਣਾ ਤੇ ਫੇਰ ਆ ਹੁਣ ਸਾਹਮਣੇ ਆ ਗਿਆ ਕਿ ਇੱਕ ਨਸ਼ਾ ਵੇਚਣ ਵਾਲੇ ਬਦਮਾਸ਼ ਬੰਦੇ ਨੂੰ ਸਰਕਾਰ ਸਰਪ੍ਰਸਤੀ ਦੇ ਕੇ ਉਹਦੇ ਸਿਰ ਤੋਂ ਸਾਰੇ ਪਾਪ ਧੋ ਕੇ ਇਲਜ਼ਾਮ ਤੋਂ ਮੁਕਤ ਕਰਕੇ ਉਹਨੂੰ ਵਿਦੇਸ਼ ਘੱਲਦੀ ਹੈ ਤੇ ਉਥੇ ਉਥੋਂ ਦੇ ਬਦਮਾਸ਼ਾਂ ਤੇ ਉਤੋਂ ਦੇ ਗੁਨਾਹਗਾਰ ਲੋਕਾਂ ਦੇ ਰਾਹੀਂ ਉਹ ਹੋਰ ਵੀ ਗੁਰੂ ਕੇ ਸਿੱਖਾਂ ਨੂੰ ਕਤਲ ਕਰਵਾਉਣ ਦੀ ਯੋਜਨਾ ਬਣਾਉਂਦੀ ਹੈ ਤੇ ਉਹ ਅਮਰੀਕਾ ਵਾਲੇ ਸਾਰਾ ਕੋਈ ਨੰਗਾ ਚਿੱਟਾ ਕਰ ਦਿੰਦੇ ਨੇ ਵੀ ਆ ਤੁਹਾਡੀ ਜਿਹੜੀ ਇੰਟੈਲੀਜੈਂਸੀ ਦੇ ਬੰਦੇ ਨੇ ਇਹ ਪਹਾੜੇ ਦੇ ਕਾਤਲਾਂ ਕੋਲੋਂ ਕਤਲ ਕਰਵਾਉਂਦੇ ਫਿਰਦੇ ਨੇ ਯਾਰਾ ਅੰਦਾਜ਼ਾ ਲਾਓ ਜੇ ਵਿਦੇਸ਼ ਦੀ ਧਰਤੀ ਤੇ ਪਹਾੜੇ ਦੇ ਕਾਤਲਾ ਕੋਲੋਂ ਕਤਲ ਕਰਵਾਏ ਜਾ ਰਹੇ ਨੇ ਤੇ ਇੱਥੇ ਐਸ ਮਿੱਟੀ ਤੇ ਜਿਹੜਾ ਕੋਈ ਸਾਡਾ ਨੌਜਵਾਨ ਜਿਹੜਾ ਪੰਜਾਬ ਦੀ ਗੱਲ ਕਰਨ ਲੱਗੇ ਜਿਹੜਾ ਹੱਕਾਂ ਦੀ ਗੱਲ ਕਰਨ ਲੱਗੇ ਜਿਹੜਾ ਪੰਥ ਦੀ ਗੱਲ ਕਰਨ ਲੱਗੇ ਉਹਦਾ ਐਕਸੀਡੈਂਟ ਕਿਉਂ ਹੋ ਜਾਂਦਾ ਅਚਾਨਕ ਹੀ ਉਹਨੂੰ ਅਚਾਨਕ ਹੀ ਕੋਈ ਗੈਂਗਸਟਰ ਗੋਲੀ ਕਿੱਦਾਂ ਮਾਰ ਜਾਂਦੇ ਨੇ ਆ ਕੇ ਤੇ ਮੁੜ ਕੇ ਉਹ ਲੱਭਦੇ ਹੀ ਨਹੀਂ ਅਚਾਨਕ ਹੀ ਸਾਡੇ ਇੱਥੇ ਘਟਨਾਵਾਂ ਹੋ ਜਾਂਦੀਆਂ ਨੇ ਤੇ ਜੇ ਵਿਦੇਸ਼ ਦੀ ਧਰਤੀ ਤੇ ਪਹਾੜੇ ਦੇ ਕਾਤਲਾਂ ਕੋਲੋਂ ਕਤਲ ਕਰਵਾਏ ਜਾਂਦੇ ਨੇ ਅੰਦਾਜ਼ਾ ਲਾਓ ਇੱਥੇ ਕੀ ਬਣਦਾ ਹੋਵੇਗਾ ਸਾਡੇ ਦੇਸ਼ ਵਿੱਚ ਜਿੱਥੋਂ ਦਾ ਸਾਰਾ ਕੁਝ ਹੀ ਇਹਨਾਂ ਦੇ ਕਾਤਲਾਂ ਦੇ ਹੱਥਾਂ 'ਚ ਹੈ ਕੀ ਬਣਦਾ ਹੋਵੇਗਾ ਜਿਨਨੇ ਮਾੜਾ ਜਿਹਾ ਪੰਜਾਬ ਦੀ ਗੱਲ ਕਰ ਦਿੱਤੀ ਉਹਨੂੰ ਗੋਲੀ ਰਸਮਈ ਢੰਗ ਦੇ ਨਾਲ ਐਕਸੀਡੈਂਟ ਔਰ ਐਸੀਆਂ ਐਸੀਆਂ ਸੋ ਬਧਿੰਗ ਆਮ ਬਣਾ ਕੇ ਤਰੀਕੇ ਬਣਾ ਕੇ ਕਿ ਹੱਕ ਤੇ ਸੱਚ ਦੀ ਗੱਲ ਹੀ ਨਾ ਕੋਈ ਕਰ ਸਕੇ ਸਾਧ ਸੰਗਤ ਜੀ ਇਹ ਪਾਪ ਤੇ ਇਹ ਜ਼ੁਲਮ ਜਿਹੜਾ ਹੈ ਔਰੰਗਜੀਬ ਨਾਲੋਂ ਘੱਟ ਕਿਹੜੇ ਪਾਸੇ ਹੋ ਐ ਭਲਾ ਔਰੰਗਜੀਬ ਨਾਲੋਂ ਫਰਕ ਕੇਵਲ ਇਹ ਨਾ ਔਰੰਗਜੀਬ ਮੁਕਰਦਾ ਨਹੀਂ ਸੀ ਇਹ ਮੁਕਰ ਜਾਂਦੇ ਨੇ ਇੱਕੋ ਹੀ ਫਰਕ ਹੈ ਹੋਰ ਫਰਕ ਹੀ ਕੋਈ ਨਹੀਂ ਕੇਵਲ ਇੱਕ ਫਰਕ ਹੈ ਔਰੰਗਜੀਬ ਮੁਕਰਦਾ ਨਹੀਂ ਸੀ ਉਹ ਮੰਨਦੇ ਸਨ ਜਕਰੀਆ ਖਾਨ ਮੀਰ ਮੰਨੂ ਉਹ ਮੰਨਦੇ ਸੀ ਵੀ ਹਾਂ ਅਸੀਂ ਇਹ ਕੀਤਾ ਤੇ ਇਹਨਾਂ ਦੇ ਵਿੱਚ ਇੰਨੀ ਵੀ ਹਿੰਮਤ ਨਹੀਂ ਹੈ ਕਿ ਇੰਨਾ ਹੀ ਕਹਿ ਹੀ ਦੇਣ ਕਿ ਹਾਂ ਅਸੀਂ ਕੀਤਾ ਬਸ ਕਾਇਰਤਾ ਹੈ ਅੰਦਰ ਵਾਹਿਗੁਰੂ ਬਖਸ਼ ਲਵੇ ਸਾਧ ਸੰਗਤ ਜੀ ਇਹ ਸਾਹਮਣੇ ਹੈ ਤੇ ਪਿੱਛੇ ਬਚਨ ਆ ਗਏ ਮਹਾਰਾਜ ਜੀ ਨੇ ਬਚਨ ਕੀਤੇ ਕਿ ਜਿਹੜਾ ਐਸਾ ਰਾਜ ਹੁੰਦਾ ਨਾ ਉਹ ਬਹੁਤਾ ਚਿਰ ਨਹੀਂ ਰਹਿੰਦਾ ਹੁੰਦਾ ਜਿਹੜਾ ਐਸਾ ਜ਼ੁਲਮ ਹੁੰਦਾ ਨਾ ਐਸਾ ਪਾਪ ਹੁੰਦਾ ਹੈ ਨਾ ਉਹ ਬਹੁਤਾ ਚਿਰ ਨਹੀਂ ਰਹਿੰਦਾ ਹੁੰਦਾ ਇਹ ਰੱਬ ਦੇ ਘਰ ਦਾ ਹੀ ਨਿਆਹ ਹੁੰਦਾ ਹੈ ਪਰਮੇਸ਼ਰ ਦੇ ਘਰ ਤੋਂ ਹੀ ਫਿਰ ਹੁਕਮ ਹੀ ਚੱਲਦਾ ਹੈ ਤੇ ਸਾਹ ਸੰਗਤ ਜੀ ਸੁਹਾਗੇ ਵੱਜਣ ਲੱਗਿਆਂ ਧੇਰ ਕੋਈ ਨਹੀਂ ਲੱਗਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਹ ਤੋਂ ਫਿਰ ਅੱਗੇ ਜੀਨ ਦੇ ਇਲਾਕੇ ਦੇ ਵਿੱਚ ਇਹ ਕਿਰਪਾ ਕਰ ਰਹੇ ਨੇ ਤਹਾਂ ਜਾਏ ਗੁਰ ਕੀ ਨੌਂ ਡੇਰਾ ਅ ਮਹਾਰਾਜ ਜੀ ਨੇ ਉਤੇ ਡੇਰਾ ਕੀਤਾ ਨਾਲ ਹੋਕਾ ਦਿੱਤਾ ਇਹ ਜ਼ੁਲਮ ਰਾਜ ਤੁਰਕਾਂ ਦਾ ਇਹ ਪਾਪ ਕਮਾਉਂਦਾ ਪਿਆ ਹੈ ਇਹ ਜ਼ੁਲਮ ਕਰਦਾ ਪਿਆ ਹੈ ਇਹ ਦੂਜਿਆਂ ਦੇ ਧਰਮ ੱੱਕੇ ਨਾਲ ਤਬਦੀਲ ਕਰਵਾਉਣੇ ਤਲਵਾਰ ਦੀ ਨੋਕ ਤੇ ਮਜਬੂਰ ਕਰਨਾ ਔਰ ਬਲੈਕਮੇਲ ਕਰਨਾ ਲਾਲਚ ਦੇਣੇ ਔਰ ਦੂਜਿਆਂ ਦੀ ਜਿਹੜਾ ਹੈ ਕਮਜ਼ੋਰੀ ਦਾ ਫਾਇਦਾ ਉਠਾਉਣਾ ਗਰੀਬੀ ਦਾ ਫਾਇਦਾ ਉਠਾਉਣਾ ਉਹਨਾਂ ਦੇ ਭੋਲੇਪਨ ਦਾ ਫਾਇਦਾ ਉਠਾਉਣਾ ਇਸ ਤਰ੍ਹਾਂ ਔਰੰਗਜੀਬ ਕਰਦਾ ਹੈ ਜਹਾਂ ਸਥਾਨ ਪੜੋ ਬੜ ਹੈਰਾ ਇਤੇ ਇੱਕ ਭਲਾ ਅਸਤਾਨ ਵੇਖੇ ਮਹਾਰਾਜੀ ਅੰਨ ਆਦ ਸਭ ਮੋਲ ਮੰਗਾਏ ਅੰਨ ਆਦ ਮੁੱਲ ਮੰਗਵਾ ਕੇ ਸਾਰਾ ਸਿੱਧ ਰਸੋਈ ਕਰ ਤ੍ਰਿਪਤਾਏ ਕਿਰ ਰਸੋਈ ਸਿੱਧ ਕਰਕੇ ਨਾ ਭੋਜਨ ਪ੍ਰਸ਼ਾਦਾ ਗੁਰੂ ਕਾ ਲੰਗਰ ਤਿਆਰ ਕਰਵਾ ਕੇ ਤ੍ਰਿਣ ਦਾਣਾ ਹ ਦੀਨਨਿਹਾਰੀ ਤ੍ਰਿਣ ਤੇ ਦਾਣਾ ਇਤਿਆਦਕ ਉਹਦੀਆਂ ਨਿਹਾਰੀਆਂ ਸਾਥ ਸੰਗਤ ਜੀ ਉਹ ਘੋੜਿਆਂ ਨੂੰ ਛੋਲੇ ਤੇ ਗੁੜ ਪਾ ਕੇ ਇਹ ਸਾਸ ਸੰਗੈ ਨਿਹਾਰੀਆਂ ਘੋੜਿਆਂ ਨੂੰ ਦਿੱਤੀਆਂ ਸਪਤ ਜਥਾ ਸੁਖ ਨਿਸਾ ਗੁਜਾਰੀ ਇਤ ਇੱਕ ਰਾਤ ਮਹਾਰਾਜ ਜੀ ਨੇ ਸੌਂ ਕੇ ਗੁਜ਼ਾਰੀ ਹੈ ਆਨੰਦ ਸਹਿਤ ਉਠੇ ਪ੍ਰਭਾਤੀ ਕੀਨ ਸ਼ਨਾਣੇ ਉੱਠੇ ਨੇ ਅੰਮ੍ਰਿਤ ਵੇਲੇ ਰੋਜ਼ਾਨਾ ਦੇ ਨਿਯਮ ਅਨੁਸਾਰ ਤੇ ਇਸ਼ਨਾਨ ਕਰਕੇ ਪਰਹ ਕੋਚ ਗੁਰਬਾਖ ਬਖਾਨੇ ਚਲੋ ਭਾਈ ਸਿੱਖੋ ਕੂਚ ਕਰੀਏ ਇਹ ਬਚਨ ਮਹਾਰਾਜ ਨੇ ਕੀਤੇ ਹਨ ਜੀਨ ਤੁਰੰ ਗਾਨਾ ਪਾਰ ਤਬ ਡਾਲੇ ਘੋੜਿਆਂ ਤੇ ਪਾ ਕੇ ਕਾਠੀਆਂ ਉਸੇ ਵੇਲੇ ਹੋਏ ਆ ਰੋੜ ਆਗੇ ਮਗ ਚਾਲੇ ਸਵਾਰ ਹੋ ਕੇ ਚੱਲ ਪੈ ਹਨ ਨਰਦਕ ਦੇਸ਼ ਵਿਖੇ ਗਮਨੰਤੇ ਇਸ ਤਰ੍ਹਾਂ ਮਹਾਰਾਜ ਜੀ ਰਾਹ ਦੇ ਵਿੱਚ ਪ੍ਰਚਾਰ ਕਰਦੇ ਲੋਕਾਂ ਨੂੰ ਜਗਾਉਂਦੇ ਸੱਚ ਦਾ ਹੋਕਾ ਦਿੰਦੇ ਜ਼ੁਲਮ ਤੇ ਪਾਪ ਦੇ ਵਿਰੁੱਧ ਲੋਕਾਂ ਦੇ ਵਿੱਚ ਇਹ ਜਾਗ ਲਾਉਂਦੇ ਤਾਕਤ ਭਰਦੇ ਕਿ ਪਾਪ ਦੇ ਵਿਰੋਧ ਉੱਠ ਕੇ ਖਲੋਇਆ ਕਰੋ ਜ਼ੁਲਮ ਦੇ ਵਿਰੋਧ ਉੱਠ ਕੇ ਖਲੋਇਆ ਕਰੋ ਜ਼ੁਲਮ ਸਹਾਰਨਾ ਜਿਹੜਾ ਹੈ ਨਾ ਇਹ ਵੀ ਪਾਪ ਹੈ ਜ਼ੁਲਮ ਸਹਾਰਨਾ ਪਾਪ ਕਿਵੇਂ ਹੈ ਸਾਧ ਸੰਗਤ ਜੀ ਕੋਈ ਮਨੁੱਖ ਉਹ ਜਦੋਂ ਕਿਸੇ ਜਰਵਾਣੇ ਦਾ ਜ਼ੁਲਮ ਸਹਾਰਦਾ ਹੈ ਨਾ ਆਪਣੇ ਆਪ ਤੇ ਤਾਂ ਆਪਣੀ ਆਪ ਵਿੱਚ ਇਸ ਗੱਲੋਂ ਪਾਪ ਨਹੀਂ ਹੈ ਵੀ ਉਹਨੇ ਤੇਰੇ ਤੇ ਜ਼ੁਲਮ ਕੀਤਾ ਤੇ ਤੂੰ ਚੱਲ ਲਿਆ ਇਹ ਆਪਣੇ ਆਪ ਵਿੱਚ ਇਦਾਂ ਪਾਪ ਨਹੀਂ ਹੈ ਇਹ ਪਾਪ ਇਸ ਲਈ ਹੈ ਕਿ ਜੇ ਤੂੰ ਜ਼ੁਲਮ ਸਹਾਰਿਆ ਤੇਰੇ ਜ਼ੁਲਮ ਸਹਾਰਨ ਨਾਲ ਜ਼ਾਲਮ ਨੂੰ ਹੌਸਲਾ ਮਿਲਿਆ ਉਹਦਾ ਹੌਸਲਾ ਵਧ ਗਿਆ ਤੇ ਉਹਨੇ ਦੂਜਿਆਂ ਤੇ ਵੀ ਜ਼ੁਲਮ ਕੀਤਾ ਜੇ ਤੂੰ ਉਹਦੇ ਜ਼ੁਲਮ ਨੂੰ ਸਹਾਰਨ ਤੋਂ ਇਨਕਾਰ ਕਰ ਦੇਵੇਂ ਤੇ ਉਹਦੀ ਜੁਰਤ ਨੂੰ ਥੋੜੀ ਜੀ ਠੇਸ ਪਹੁੰਚੇ ਉਹਦਾ ਹੌਸਲਾ ਥੋੜਾ ਜਿਹਾ ਘਟੇ ਉਹ ਦੂਜੇ ਤੇ ਜ਼ੁਲਮ ਕਰਨ ਲੱਗਾ ਸੋਚੇ ਜਦੋਂ ਇੱਕ ਜ਼ੁਲਮ ਨੂੰ ਝੱਲਦਾ ਹੈ ਨਾ ਤੇ ਉਹ ਫਿਰ ਦਸਾਂ ਤੇ ਜ਼ੁਲਮ ਹੋਣ ਦਾ ਦਰਵਾਜ਼ਾ ਖੋਲ ਦਿੰਦਾ ਹੈ ਜਦੋਂ ਕੋਈ ਜ਼ਾਲਮ ਪਹਿਲੀ ਦਫਾ ਕਿਸੇ ਤੇ ਜ਼ੁਲਮ ਲੱਗਾ ਸੀ ਕਰਨ ਪਹਿਲਾ ਬੰਦਾ ਹੀ ਉਹਦੇ ਅੱਗੇ ਅੜ ਜਾਂਦਾ ਤੇ ਉਹਨੂੰ ਅਕਲ ਆ ਜਾਂਦੀ ਕਿ ਲੋਕ ਅੱਗੋਂ ਮੂੰਹ ਪਣ ਦਿੰਦੇ ਨੇ ਇਸ ਲਈ ਉਹ ਸੋਚ ਸਮਝ ਕੇ ਦੂਜੇ ਤੇ ਜ਼ੁਲਮ ਕਰਦਾ ਪਰ ਜਦੋਂ ਪਹਿਲੇ ਨੇ ਝੱਲ ਲਿਆ ਜਾਲਮ ਦਾ ਹੌਸਲਾ ਵਧ ਗਿਆ ਉਹਨੇ ਕਿਹਾ ਇਹ ਨਹੀਂ ਕੁੰਦੇ ਇਹ ਨਹੀਂ ਬੋਲਦੇ ਉਹ ਜਿਵੇਂ ਆਮ ਹੀ ਕਹਾਣੀ ਪ੍ਰਚਲਿਤ ਸੁਣਦੇ ਆ ਨਾ ਇਹ ਰਾਜੇ ਨੇ ਪੁੱਛਿਆ ਵਜ਼ੀਰਾਂ ਨੂੰ ਪ੍ਰਜਾ ਦਾ ਹਾਲ ਉਹ ਕਹਿਣ ਲੱਗੇ ਮਹਾਰਾਜ ਜੀ ਪ੍ਰਜਾ ਤੁਹਾਡੀ ਜਿਹੜੀ ਆ ਬੜੀ ਚੰਗੀ ਆ ਬੜੀ ਨੇਕ ਐ ਤੁਹਾਡੇ ਗੁਣ ਗਾਉਂਦੀ ਐ ਰਾਜਾ ਸਿਆਣਾ ਸੀ ਉਹਨੇ ਕਿਹਾ ਨਹੀਂ ਐਡਾ ਵੀ ਮੈਂ ਕੋਈ ਰੱਬ ਨਹੀਂ ਆ ਕੋਈ ਨਾ ਕੋਈ ਤਾਂ ਮੇਰੀ ਨੀਤੀ ਐਸੀ ਹੋਵੇਗੀ ਜਿਹਦੀ ਪਰਜਾ ਵਿਰੋਧ ਕਰਦੀ ਹੋਈ ਉਹਨਾਂ ਕਹਿਆ ਮਹਾਰਾਜ ਕੋਈ ਵੀ ਨਹੀਂ ਤੁਸੀਂ ਭਾਵੇਂ ਟੈਕਸ ਹੋਰ ਵੀ ਵਧਾ ਦਿਓ ਨਾ ਪਰਜਾ ਨੇ ਕੋਈ ਵਿਰੋਧ ਨਹੀਂ ਕਰਨਾ ਰਾਜੇ ਨੇ ਟੈਕਸ ਵਧਾਇਆ ਕੋਈ ਵਿਰੋਧ ਨਾ ਹੋਇਆ ਸਾਧ ਸੰਗਤ ਜੀ ਹਰ ਚੀਜ਼ ਤੇ ਰਾਜੇ ਨੇ ਆਪਣੀ ਜਅ ਚ ਟੈਕਸ ਲਾ ਦਿੱਤਾ ਕੋਈ ਵਿਰੋਧ ਨਾ ਹੋਇਆ ਤੇ ਜਿਸ ਵੇਲੇ ਸੋਚਦੇ ਨੇ ਵੀ ਹੋਰ ਟੈਕਸ ਕਿੱਥੇ ਲਾਇਆ ਜਾ ਸਕਦਾ ਹੈ ਉਹਨਾਂ ਕਹਿਆ ਜੀ ਦਰਿਆਵਾਂ ਦੇ ਪੁਲਾਂ ਤੇ ਸਾਰਿਆਂ ਦੇ ਟੈਕਸ ਲਾ ਦਿਓ ਜਿਹਨੇ ਲੰਘਣਾ ਹੋਵੇ ਉਹਨੇ ਕਹਿਆ ਇਹ ਠੀਕ ਉਥੇ ਵੀ ਟੈਕਸ ਲਾ ਦਿੱਤਾ ਉਹ ਟੈਕਸ ਗ੍ਰਾਉਣ ਵਾਲੇ ਖਲੋਦੇ ਸਨ ਲੋਕਾਂ ਨੇ ਲੰਘਣਾ ਉਹਨਾਂ ਨੂੰ ਟੈਕਸ ਦੇ ਕੇ ਪਾਰ ਹੋਣਾ ਉਹ ਤੇ ਜਾਮ ਲੱਗ ਜਾਣਾ ਭੀੜ ਲੱਗ ਜਾਣੀ ਲੋਕਾਂ ਦੀ ਬੜੀ ਬੜੀ ਤੇ ਕਹਿਣ ਲੱਗੇ ਵੀ ਟੈਕਸ ਥੋੜਾ ਜਿਆ ਹੋਰ ਵਧਾ ਦਿਓ ਵਧਾ ਦਿੱਤਾ ਪਰ ਜੇ ਫੇਰ ਨਾ ਬੋਲੀ ਕੋਈ ਬਗਾਵਤ ਨਾ ਕੀਤੀ ਰਾਜੇ ਨੂੰ ਆ ਗਿਆ ਗੁੱਸਾ ਪੀਏ ਪਰਜਾ ਹੁਣ ਤਾਂ ਬੋਲੇ ਹੁਣ ਤਾਂ ਕੋਈ ਤਾਂ ਕੁਸ ਕੇ ਇੰਨਾ ਜੁਲਮ ਨਹੀਂ ਸਹਾਰਨਾ ਚਾਹੀਦਾ ਰਾਜੇ ਨੇ ਗੁੱਸੇ ਵਿੱਚ ਆ ਕੇ ਕਿਹਾ ਟੈਕਸ ਦੇ ਨਾਲ ਨਾਲ ਏਕ-ਏਕ ਛੱਤਰ ਵੀ ਮਾਰਿਆ ਕਰੋ ਜਿਹੜਾ ਪਾਰ ਲੰਗੇ ਵੀ ਹੁਣ ਤਾਂ ਬੋਲਣਗੇ ਹੁਣ ਤਾਂ ਆ ਕੇ ਮੈਨੂੰ ਕਹਿਣਗੇ ਵੀ ਐਡਾ ਜੁਲਮ ਨਾ ਕਰੋ ਉਹਨਾਂ ਨੇ ਐਵੇਂ ਹੀ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਥੋੜੇ ਦਿਨ ਲੰਘੇ ਰਾਜੇ ਨੇ ਪੁੱਛਿਆ ਕੋਈ ਤੰਗੀ ਪੇਸ਼ੀ ਕੋ ਪ੍ਰਜਾ ਬੋਲੀ ਜਾਂਦੇ ਅਜੇ ਤੱਕ ਕੋਈ ਨਹੀਂ ਬੋਲੀ ਤੇ ਰਾਜੇ ਨੇ ਕਿਹਾ ਉਹ ਨਛੇਤਰ ਇੱਕ ਦੀ ਬਜਾਏ ਵਧਾ ਦਿਓ ਹੁਣ ਪ੍ਰਜਾ ਬੋਲੇਗੀ ਤੇ ਸਾਧ ਸੰਗਤ ਜੀ ਫਿਰ ਪ੍ਰਜਾ ਦੇ ਵਿੱਚੋਂ ਕੁਝ ਲੋਕ ਇਕੱਠੇ ਹੋ ਕੇ ਰਾਜੇ ਕੋਲ ਆਏ ਰਾਜਾ ਦਿਲੋਂ ਖੁਸ਼ ਹੋਇਆ ਵੀ ਚਲੋ ਸ਼ੁਕਰ ਹੈ ਕੋਈ ਤਾਂ ਬੋਲਿਆ ਸੋਚਿਆ ਇਹ ਕਹਿਣਗੇ ਰਾਜਨ ਤੁਸੀਂ ਟੈਕਸ ਬੜੇ ਭਾਰੇ ਲਾਏ ਨੇ ਪਰ ਸਾਡੀ ਬੇਇੱਜ਼ਤੀ ਕਰਦੇ ਹੋ ਕੀ ਸਾਡਾ ਕਸੂਰ ਹੈ ਰਾਜੇ ਨੇ ਬੁਲਾ ਕੇ ਉਹਨਾਂ ਨੂੰ ਰੋਬ ਨਾਲ ਪੁੱਛਿਆ ਦੱਸੋ ਭਾਈ ਕੀ ਗੱਲ ਹੈ ਉਹ ਕਹਿੰਦੇ ਹਜ਼ੂਰ ਉਹ ਜਿਹੜੇ ਬੰਦੇ ਤੁਸਾਂ ਲਾਏ ਨੇ ਉਹ ਛਿੱਤਰ ਮਾਰ ਕੇ ਅੱਗੇ ਲੰਗਾਉਂਦੇ ਨੇ ਨਾਲੇ ਰੁਪਈਏ ਲੈਂਦੇ ਨੇ ਤੇ ਰਾਜੇ ਨੇ ਕਿਹਾ ਕਿਉਂ ਤੁਹਾਨੂੰ ਕੋਈ ਤਕਲੀਫ ਹੈ ਕਹਿੰਦੇ ਤਕਲੀਫ ਤਾਂ ਕੋਈ ਨਹੀਂ ਬੰਦੇ ਥੋੜੇ ਨੇ ਲੋਕ ਲੰਘਣ ਵਾਲੇ ਜਿਆਦੇ ਨੇ ਤੁਸੀਂ ਛਿੱਤਰ ਮਾਰਨ ਵਾਲੇ ਬੰਦੇ ਵਧਾ ਦਿਓ ਤਾਂ ਕਿ ਛੇਤੀ ਛੇਤੀ ਲੰਘਿਆ ਜਾਵੇ ਰਾਜੇ ਨੇ ਸਿਰ ਨੂੰ ਹੱਥ ਮਾਰਿਆ ਵੀ ਇਹਨਾਂ ਦਾ ਕੁਝ ਨਹੀਂ ਹੋਣਾ ਪਰ ਜਾ ਅੰਦੀ ਗਿਆਨ ਵੇਣ ਕੋੜ ਕੁਸਤ ਮੁਖੋਂ ਆ ਲਈ ਅੰਦੀ ਰૈયਤ ਗਿਆਨ ਵੀ ਹੋਣੀ ਪਾਹੇ ਭਰੇ ਮੁਰਦਾਰ ਜਿਥੇ ਪਰਜਾ ਐਸੀ ਹੋਵੇ ਉਥੋਂ ਦਾ ਹਾਲ ਕਦੇ ਵੀ ਭਲਾ ਨਹੀਂ ਹੋ ਸਕਦਾ ਕਦੇ ਵੀ ਭਲਾ ਨਹੀਂ ਹੋ ਸਕਦਾ ਉਥੇ ਭਾਵੇਂ ਜ਼ਮੀਨ ਥੱਲਿਓਂ ਤੇਲ ਨਿਕਲ ਆਵੇ ਤੇ ਉਥੇ ਭਾਵੇਂ ਰੁੱਖਾਂ ਨੂੰ ਪੱਤੇ ਜਿਹੜੇ ਨੇ ਉਹ ਸੋਨਾ ਲੱਗਣ ਲੱਗ ਪਵੇ ਉਤੋਂ ਦਾ ਭਲਾ ਨਹੀਂ ਕਦੇ ਹੋ ਸਕਦਾ ਕਿਉਂਕਿ ਪਰਜਾ ਹੀ ਅੰਦੀ ਗਿਆਨ ਵੀ ਹੋਣੀ ਹੈ ਸੋ ਸਾਧ ਸੰਗਤ ਜੀ ਸਤਿਗੁਰਾਂ ਨੇ ਜਿੱਥੇ ਰਾਜਿਆਂ ਨੂੰ ਦੋਸ਼ ਦਿੱਤਾ ਸੀ ਉਹ ਤੇ ਨਾਲ ਪਰਜਿਆਂ ਨੂੰ ਵੀ ਕਿਹਾ ਹੈ ਕਿ ਜੇ ਤੁਸੀਂ ਅਗਿਆਨਤਾ ਦੀ ਨੀਂਦ ਵਿੱਚ ਡੁੱਬੇ ਰਹੋਗੇ ਤੇ ਰਾਜੇ ਨੇ ਸ਼ੀਮ ਬਨਣਾ ਹੀ ਬਨਣਾ ਹੈ ਮੁਕਦਮਾ ਨੇ ਕੁੱਤੇ ਬਨਣਾ ਹੀ ਬਨਣਾ ਹੈ ਜੇ ਪਰਜਾ ਹੀ ਸੁੱਤੀ ਰਹੇਗੀ ਤੇ ਫੇਰ ਚੇਤਾ ਰੱਖੋ ਇਹ ਤੇ ਨੇਕ ਤੇ ਭਲਾ ਰਾਜਾ ਕਿਵੇਂ ਆ ਜਾਏ ਨਹੀਂ ਆ ਸਕਦਾ ਬਹੁ ਮਹਾਰਾਜ ਜੀ ਜੁਲਮ ਤੇ ਪਾਪ ਦੇ ਵਿਰੁੱਧ ਐਸੀ ਹੂਕੋ ਹੂਕ ਸੁੱਤੀ ਹੋਈ ਪਰਜਾ ਨੂੰ ਹਲੂਨੇ ਦੇ ਦੇ ਕੇ ਕਹਿੰਦੇ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ